ਵਾਹਿਗੁਰੂ 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 ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਅੰਗਦ ਗੁਰ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰਸੀ ਰਾਰ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ 10 ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬੰਦ ਜਿਸਮਹ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਸਿਰ ਗੁਰੂ ਗ੍ਰੰਥ ਸਾਹਿਬ ਉਹ ਦਦ ਬੰਦੋ ਕਰ ਅਨੁਰਾਗ ਇਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਨਵ ਨਾਸਨ ਸੋ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਮਨਾਸਨ ਸੋਏ ਵਾਹਿਗੁਰੂ ਜੀ ਦੋ ਹੋਰਾ ਪਲਨ ਪਰ ਪੋਡਵਾਈ ਕਹ ਲਲਨਾ ਲੇ ਅੰਕ ਲਾਲਤ ਮਾਤ ਬਸਾਲ ਹਿਤ ਸੂਗਤ ਬਦਨ ਮਯੰਕ ਪਲਨਾ ਪਰ ਪੂੜਾਵਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਡੇ 500 ਸਾਲਾ ਆ ਰਿਹਾ ਹੈ ਗੁਰਨਾਨਕ ਪਾਤਸ਼ਾਹ ਦਾ ਸੰਗਤਾਂ ਦੇ ਹਿਰਦੇ ਵਿੱਚ ਬਹੁਤ ਜਿੱਥੇ ਚਾ ਉਮਾ ਉਥੇ ਸੰਗਤਾਂ ਮਹਾਰਾਜ ਦੇ ਇਤਿਹਾਸ ਮਹਾਰਾਜ ਦੇ ਜਿਹੜੇ ਉਚਾਰੇ ਹੋਏ ਬਚਨ ਗੁਰਬਾਣੀ ਰੂਪ ਸੋਣ ਵਾਸਤੇ ਸਜੀਆਂ ਹੋਈਆਂ ਨੇ ਕੁਝ ਇਤਿਹਾਸ ਦੀਆਂ ਵਡਿਆਈਆਂ ਪਿਛਲੇ ਦਿਨਾਂ ਤੋਂ ਖਾਸ ਕਰਕੇ 550 ਸਾਲਾ ਹੋਣ ਕਰਕੇ ਮਾਰੇ ਦੀਆਂ ਕਥਾ ਜਿਵੇਂ ਗੁਰਮੁਖ ਪਿਆਰਿਆਂ ਨੇ ਬਚਤਰ ਸਿੰਘ ਉਹਨਾਂ ਨੇ ਕੁਝ ਕਵਤਾ ਰਹੀਂ ਕੱਲ ਵੀ ਜਦੋਂ ਉਥੇ ਫੰਗਾਰਾਈ ਗਏ ਬੜਾ ਸੋਹਣਾ ਸਮਾ ਬਣਿਆ ਇਹਨਾਂ ਨੇ ਗੁਰਮੁਖਾਂ ਨੇ ਗੁਰਨਾਨਕ ਪਾਤਸ਼ਾਹ ਦਾ ਆਗਮਨ ਦਾ ਪ੍ਰਕਰਣ ਗਾ ਕੇ ਸੁਣਾਇਆ ਸਾਰਿਆਂ ਨੇ ਮਨ ਵਿੱਚ ਪ੍ਰੇਮ ਬੱਚੇ ਭੌਂ ਦੀ ਗੁਰਮਤੀਏ ਨਹੀਂ ਸਨ ਪਰ ਉਹ ਸਮਾਂ ਇਹੋ ਜਿਹਾ ਬਣਿਆ ਕਿ ਆਪ ਦੇ ਦੇਖਣ ਦੀ ਗੱਲ ਆ ਕਿ ਬੱਚਿਆਂ ਦੇ ਅੱਖਾਂ ਵਿੱਚੋਂ ਜਲ ਵਹਿ ਰਿਆ ਸੀ। ਉਹ ਮਹਾਰਾਜ ਦੀਆਂ ਪ੍ਰੇਮ ਦੀਆਂ ਜਿਹੜੀਆਂ ਬਾਤਾਂ ਨੇ ਪਿਛਲੇ ਦਿਨੇ ਆਪ ਜੀ ਨੇ ਪਰਸੋਂ ਜਿਵੇਂ ਸਰਵਣ ਕੀਤਾ ਸੀਗਾ ਕਿ ਮੈਂ ਜਨਮ ਪੱਤਰੀ ਲੈਣ ਵਾਸਤੇ ਲਾਲਾ ਪੰਨੂ ਅਤੇ ਭਾਈ ਬਾਲਾ ਸੰਧੂ ਜੀ ਨੂੰ ਬੇਨਤੀ ਕਰਕੇ ਪ੍ਰੇਰ ਕੇ ਭੇਜਿਆ ਗਿਆ ਸੀ ਵੀ ਲਿਓ ਭਾਈ ਅਸੀਂ ਮਹਾਰਾਜ ਦੀ ਗੁਰਨਾਨ ਪਾਤਸ਼ਾਹ ਦੀ ਪੱਤਰੀ ਵਾਚੀਏ ਦੇਖੀਏ ਕੀ ਕੀ ਹੈਗਾ ਉਹ ਆਪ ਜੀ ਨੇ ਇੱਕ ਪ੍ਰਕਰਨ ਆਪ ਜੀ ਨੇ ਸਰਵਣ ਕੀਤਾ ਸੀ ਸ਼ੁੱਕਰਵਾਰ ਵਾਲੇ ਦਿਨ ਇਹ ਥੋੜਾ ਆਪਾਂ ਅੱਗੋਂ ਸ਼ੁਰੂ ਕੀਤਾ ਜਿਹੜੀ ਸ਼ੁੱਕਰਵਾਰ ਵਾਲੀ ਸੰਗਤ ਉਹਦੇ ਨਾਲ ਜੁੜੇ ਰਹੋਗੇ ਇਹ ਇੱਥੇ ਆਗੇ ਬਾਦਲੀ ਲਾ ਦੇ ਉੱਪਰ ਪਾਤਸ਼ਾਹ ਜਰੂ ਆਗਮਨ ਹੋ ਗਿਆ ਸ਼ੁੱਕਰਵਾਰ ਵਾਲੀ ਸੰਗਤ ਸੁਣੋਗੇ ਅੱਗੇ ਆਉਣ ਵਾਲੇ ਦਿਨਾਂ 'ਚ ਮਹਾਰਾਜ ਦਾ ਆਗਮਨ ਦਿਹਾੜ ਕਿਵੇਂ ਮਹਾਰਾਜ ਆਉਣਾ ਹੋਇਆ ਸੰਸਾਰ ਤੇ ਕਿਹੜੇ-ਕਿਹੜੇ ਉਸ ਸਮੇਂ ਪ੍ਰਾਣੇ ਅਵਤਾਰ ॠषि ਮੁਣੀਆਂ ਨੇ ਕੀ ਖੁਸ਼ੀ ਮਨਾਈ ਉਸ ਤੋਂ ਬਾਅਦ ਮਹਾਰਾਜ ਦਾ ਨਾਮ ਰੱਖਿਆ ਜਾਣਾ ਨਾਨਕ ਉਹਦੇ ਕੀ ਕੀ ਭੇਦ ਨੇ ਉਹ ਅੱਗੇ ਫਿਰ ਸੋਮਵਾਰ ਵਾਲੇ ਦਿਨ ਸਾਂਝੇ ਹੋਣਗੇ ਇਹ ਵਿੱਚੋਂ ਕੋਈ ਗੁਰਮੁਖ ਪਿਆਰੇ ਚਾਹੁੰਦੇ ਸਨ ਮਹਾਰਾਜ ਦੇ ਕੋਈ ਬਾਲ ਕਥਕ ਸੁਣਾਓ ਜਦੋਂ ਮਹਾਰਾਜ ਬਾਲਾ ਪ੍ਰੀਤਮ ਸਨ ਮਾਰ ਕੀ ਖੇਡ ਵਰਤੌਂਦੇ ਸੀ ਸਮਾਂ ਜੋ ਨਹੀਂ ਹੈ ਕਿ ਬਾਅਦ ਵਿੱਚ ਫਲਾਈਟ ਥੋੜਾ ਜਿਹਾ ਪ੍ਰਕਰਣ ਅੱਜ ਇਹਦੇ ਵਿੱਚੋਂ ਰਹਿੰਦਾ ਜਿਹੜਾ ਪ੍ਰਕਰਣ ਫਿਰ ਆਉਂਦੇ ਐਤਵਾਰ ਨੂੰ ਆਪ ਜੀ ਬਣਾਓ ਇਕਾਗਰਤਾ ਕਿਵੇਂ ਕਿਵੇਂ ਮਾਰੇ ਖੇਡ ਵਰਤਾਉਂਦੇ ਸਨ ਆਪ ਜੀ ਕਰੋ ਸਰਵਣ ਜੀ ਵਾਹਿਗੁਰੂ ਜੀ ਦੋਹਰਾ ਪਲਨ ਪਰ ਪੂ ਡਾਵਈ ਕਹਿ ਲਲਨਾ ਲੇ ਅੰਕ ਜਦੋਂ ਮਹਾਰਾਜ ਸਜੇ ਨੇ ਭੰਗੂੜੇ ਵਿੱਚ ਪਾਇਆ ਹੋਇਆ ਪਾਸ਼ਾ ਨੂੰ ਮਾਂ ਦੇ ਮਨ ਵਿੱਚ ਪਿਆਰ ਜਾਗਦਾ ਮਾਂ ਹੋਵੇ ਭੈਣ ਭਰਾ ਹੋਣ ਪਿਓ ਹੋਵੇ ਸਾਰੇ ਜੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਏ ਨਵੇਂ ਜੀ ਨੂੰ ਬਾਹਾਂ ਉੱਪਰ ਚੱਕੀ ਰੱਖੀਏ ਮਾਤਾ ਜਦੋਂ ਦਰਸ਼ਨ ਕਰਦੇ ਹੈ ਮਨ ਵਿੱਚ ਬਹੁਤ ਪ੍ਰੇਮ ਜਾਗਦਾ ਫਿਰ ਇਹ ਲਿਖਾਰੇ ਨੇ ਬਾਲਾ ਸੰਧੋਈ ਜੀ ਬਾਬਾ ਬੁੱਢਾ ਜੀ ਵੀ ਵਿੱਚ ਬੈਠੇ ਨੇ ਗੁਰੂ ਅਮਰਦਾਸ ਪਾਤਸ਼ਾਹ ਹੋਰ ਬਿਆੰਤ ਗੁਰਮੁਖ ਭਾਈਪਾਰੋ ਜੁਲਕੇ ਵਰਗੇ ਗੁਰਮੁਖ ਪਿਆਰੇ ਸਾਰੇ ਬੈਠ ਕੇ ਇਤਿਹਾਸ ਸੁਣ ਰਹੇ ਨੇ ਕੀ ਦੱਸਿਆ ਮਾਤਾ ਜੀ ਨੇ ਪਏ ਪੰਘੂੜੇ ਵਿੱਚ ਦੇਖਿਆ ਪਾਤਸ਼ਾਹ ਨੂੰ ਗੁਰਨਾਨਕ ਪਾਤਸ਼ਾਹ ਨੂੰ ਤੇ ਬਾਹਾਂ ਵਿੱਚ ਚੱਕਣਾ ਕੀਤਾ ਜੀ ਲਾਲਤ ਮਾਤ ਬਸਾਲ ਹਿਤ ਸੂਗਤ ਬਦਨ ਮ ਅੰਕ ਕਹਿੰਦੇ ਮਹਾਰਾਜ ਨੂੰ ਇਹ ਬਹੁਤ ਸੋਹਣੇ ਇੱਕ ਲੱਗ ਰਹੇ ਨੇ ਕਹਿੰਦੇ ਮੁੱਖ ਕਿਵੇਂ ਆ ਜਿਵੇਂ ਚੰਦਰਮਾ ਚਮਕਦਾ ਹੋਵੇ ਜਿਵੇਂ ਉਹ ਹੋਵੇ ਰਾਤ ਜਿਵੇਂ ਜਿਵੇਂ ਮਾਰੇ ਪ੍ਰਕਾਸ਼ ਦਿਹਾੜੇ ਵਾਲੀ ਰਾਤ ਚੰਨ ਚਾਨਣੀ ਰਾਤ ਪੂਰਨਮਾਸੀ ਜਿਵੇਂ ਰਾਤ ਕਹਿੰਦੇ ਜਿਵੇਂ ਚੰਦਰਮਾ ਪੂਰਾ ਖੜਦਾ ਕਹਿੰਦੇ ਮਹਾਰਾਜਾ ਮੁਖੜਾ ਜਿਹੜਾ ਹੈਗਾ ਕਹਿੰਦੇ ਚੰਦਰਮਾ ਉਹ ਚਮਕ ਰਿਹਾ ਦਮਕ ਰਿਹਾ ਮਾਤਾ ਜੀ ਕੀ ਕਰ ਰਹੇ ਨੇ ਪਾਤਸ਼ਾਹ ਦੇ ਮੱਥੇ ਨੂੰ ਆਦ ਬੁਲਾਨਾ ਚਮ ਰਹੇ ਨੇ ਜੀ ਚਾਪਈ ਅਨਨ ਆਰਨ ਜਾਤਨ ਹਾਰੀ ਕੈਂਡੀਡੇਟ ਨੇਤਰ ਨੇ ਮਹਾਰਾਜ ਜੀ ਕਹਿੰਦੇ ਇਉਂ ਖੇਡ ਵਰਤੀਏ ਜਿਵੇਂ ਕਮਲ ਫੁੱਲ ਉਹ ਉਵੇਂ ਖੇੜੇ ਹੋਣ ਜੀ ਲੀਲਾ ਲਲਤੰ ਆਰਤ ਹਾਰੀ ਬਹੁਤ ਸੁੰਦਰ ਸੋਭnik ਹੋ ਰਹੇ ਨੇ ਜੀ ਨੂਚਨ ਅਮਲ ਕਮਲ ਦਲ ਜੈਸੇ ਕਹਿੰਨੇ ਨੇਤਰ ਕਿਵੇਂ ਲੱਗ ਰਹੇ ਨੇ ਜਿਵੇਂ ਕਮਲ ਦੇ ਫੁੱਲ ਦੇ ਥੱਲੇ ਸਾਹ ਸੰਗਰ ਪੱਤੇ ਜਿਹੜੇ ਮੋਟੇ ਹੁੰਦੇ ਨੇ। ਭਾਵੇਂ ਮੋਟੇ-ਮੋਟੇ ਜਿਹੜੇ ਨੇਤਰ ਜੇ ਸੋਹਣੇ ਖੋ ਰਹੇ ਨੇ ਜੀ। ਨਾ ਸਾ ਤਿਲ ਪਰ ਸੂਨ ਨਾ ਵੈਸੇ। ਕਹਿੰਦੇ ਭਾਉ ਦੇ ਬਹੁਤ ਸੋਹਣੇ ਦੱਸਦੇ ਨੇ ਤਲਾਂ ਜਿਹੜਾ ਫੁੱਲ ਹੁੰਦਾ ਤਿਲ ਦਾ। ਬਹੁਤ ਸੋਹਣੇ ਲੱਗ ਰਿਹਾ। ਪਰ ਇੱਥੇ ਕੀ ਕਹਿ ਰਹੇ ਨੇ? ਜਿਹੜੇ ਮਹਾਰਾਜ ਦੇ ਨੱਕ ਦੀ ਗੱਲ ਕਰਦੇ ਨੇ। ਕਹਿੰਦੇ ਉਹ ਤੋਂ ਵੀ ਜ਼ਿਆਦਾ ਸੋਭਨਿਕ ਭਾਵ ਉਹ ਅੱਗੇ ਫਿੱਕਾ ਲੱਗ ਰਿਹਾ ਜੀ ਸੁੰਦਰ ਅਲੰਕਾਰ ਕਰਵਾਏ ਬਹੁਤ ਸੋਹਣੇ ਗਹਿਣੇ ਬਣਾਏ ਗਏ ਕਿ ਪਾਤਸ਼ਾਹ ਦੇ ਸੋਹਣੇ ਗਹਿਣੇ ਮਹਾਰਾਜ ਦੇ ਪਾਈਏ ਕਿ ਪਹਿਲਾਂ ਧੀ ਆ ਘਰ ਵਿੱਚ ਤੇ ਹੁਣ ਪੁੱਤਰ ਹੋਇਆ 6 ਸਾਲ ਦਾ ਤਕਰੀਬਨ ਫਰਕ ਚਾਹ ਚੜਿਆ ਹੋਇਆ ਉਧਰੋਂ ਵੇਦੀਆਂ ਦੀ ਕੁੱਲ ਪਿਤਾ ਕੋਈ ਆਮ ਨਹੀਂ ਫਟਵਾਰੀ ਨੇ ਇਲਾਕੇ ਵਿੱਚ ਸਾਰੇ ਜਾਣਦੇ ਨੇ ਜਿਵੇਂ ਆਪਣੇ ਕੋਈ ਪਰਿਵਾਰ ਹੋਵੇ ਚੰਗੇ ਕੋਈ ਵੈਲ ਸੈਟਲ ਹੋਣ ਜਦੋਂ ਉਹਨਾਂ ਦੇ ਘਰ ਵਿੱਚ ਕੋਈ ਮਸਾ ਮਸਾ ਪੁੱਤਰ ਹੋਵੇ ਤੇ ਘਰ ਦੇ ਸਾਰਿਆਂ ਜਿਵੇਂ ਰੀਝਾਂ ਪੂਰੀਆਂ ਕਰਦੇ ਨੇ ਜੀ ਬਿਨ ਦੁੱਖਨ ਕੈ ਭੂਖਨ ਪਾਏ ਕਹਿੰਦੇ ਉਹ ਪਾਰੇ ਨੇ ਜਿਹੜੇ ਦੇੜੇ ਦੁੱਖਾਂ ਨੂੰ ਨਾਸ ਕਰਨ ਵਾਲੇ ਜੀ ਬਣੀ ਬਾਜਨੀ ਕਿੰਕਨ ਚਾਰੀ ਤੇ ਕਹਿੰਦੇ ਕਿਵੇਂ ਕਹਿੰਦੇ ਬਹੁਤ ਅਲੱਗ-ਅਲੱਗ ਤਰ੍ਹਾਂ ਰੰਗ ਬਣਦੇ ਇਕੱਲੇ ਫੇਰ ਪੜੋ ਜੀ ਬਣੀ ਬਾਜਨੀ ਕਿੰਕਨ ਚਾਰੀ ਤੇ ਹੁਣ ਕੀ ਹੈ ਕਹਿੰਦੇ ਸਾਜਰੇ ਨੇ ਫੱਬਰੇ ਨੇ ਫੇਰ ਕਿਵੇਂ ਕਿਵੇਂ ਅੱਗੇ ਹੁਣ ਕਵੀ ਜੀ ਨੇ ਬਹੁਤ ਸੋਹਣਾ ਸਮਾ ਬਣਾਉਣਾ ਸਾਥ ਸੰਗਤ ਕਿਵੇਂ ਦੱਸਣਗੇ ਕਿ ਮਹਾਰਾਜ ਦੇ ਹੱਥ ਵਿੱਚ ਕੜਾ ਛਗਲੇ ਮਹਾਰਾਜ ਨੇ ਚਰਨਾਂ ਵਿੱਚ ਪਾਉਣੇ ਨੇ ਤੇ ਕੱਲੇ ਉਹ ਨਹੀਂ ਤੜਾਗੀ ਦੀ ਗੱਲ ਕਰਨੀ ਆ ਫੇਰ ਕਮਲ ਸ੍ਰੀਖੇ ਚਰਨਾਂ ਦੀ ਗੱਲ ਕਰਨੀ ਆ ਫੇਰ ਨਾਲ-ਨਾਲ ਉਹ ਦੱਸਣਾ ਸਮਾਂ ਕਿਵੇਂ-ਕਿਵੇਂ ਮਹਾਰਾਜ ਨੇ ਖੜਨ ਲੱਗਣਾ ਪਹਿਲਾਂ ਕਿਵੇਂ ਆਸਰਾ ਲੈਣਾ ਤੇ ਉਹ ਤੋਂ ਬਾਅਦ ਕਿਵੇਂ ਪਾਸ਼ਾ ਨੇ ਰੋਣ ਲੱਗਣਾ ਫੇਰ ਚੱਲਣ ਤੇ ਫੇਰ ਭੱਜਣ ਤੇ ਖੇਲਣ ਹਾਂਜੀ ਕਰੋ ਫੇਰ ਸਰਵਣ ਜੀ ਹਨੀ ਬਾਜਨੀ ਕਿੰਕਨ ਚਾਰੀ ਹਾਂਜੀ ਟਕ ਜਿਹੜੇ ਤਰਾਗੀ ਸਾਸ ਸੰਗਤ ਨੂੰ ਕਹਿੰਦੇ ਆ ਤੇ ਤਰਾਗੀ ਕੀ ਕੀਤੀ ਹੈ ਮਹਾਰਾਜ ਵਾਸਤੇ ਸੋਹਣੇ ਤੜਾਗੇ ਬਣਾਈ ਹੈ ਤੇ ਕਿੱਥੇ ਬਣੀਆਂ ਦੱਸਣਗੇ ਜੀ ਕਟਮਹਿ ਪਾਈ ਅਤ ਛੱਬ ਵਾਰੀ ਹਾਂ ਕਟਮਹਿ ਪਾਈ ਭਾਵ ਲੱਕ ਦੇ ਉੱਤੇ ਬੰਨ੍ਹਦੇ ਸਾਸ ਸੰਗਤ ਤੜਾਗੀ ਬਹੁਤੇ ਨੂੰ ਹੁਣ ਅੱਜ ਕੱਲ ਪਤਾ ਨਹੀਂ ਇਹ ਸਾਧ ਸੰਗ ਉਹ ਸਮਾਂ ਸੀ ਉਦੋਂ ਕਈ ਤਰ੍ਹਾਂ ਦੇ ਇਹਦੇ ਵਿੱਚ ਪੁਰਾਣੀਆਂ ਗੱਲਾਂ ਵੀ ਆਉਣੀਆਂ ਜਿਵੇਂ ਆਪਾਂ ਉਦੋਂ ਵਿਚਾਰ ਚੱਲ ਰਹੇ ਸੀਗੇ ਜੰਤਰੀ ਦੀ ਗੱਲ ਕਰੀਏ ਫਿਰ ਕਈ ਕਰਹਿਾਂ ਦੀ ਗੱਲ ਚੱਲਦੀ ਹੈ ਫਿਰ ਕਈ ਤਰ੍ਹਾਂ ਦੇ ਉਹ ਪੁਰਾਣੇ ਜਿਹੜੇ ਰਿਵਾਜ ਸੰਸਾਧ ਸੰਗਤ ਇਹ ਉਸ ਸਮੇ ਸਮਾ ਸਾਧ ਸੰਗਤ ਜਿਹੜਾ ਪੇਤਾ ਹਿੰਦੂ ਧਰਮ ਨੂੰ ਮੰਨਦੇ ਨੇ ਅੱਜ ਨਹੀਂ ਅੱਜ ਮਹਾਰਾਜ ਨੇ ਸਾਨੂੰ ਉੱਥੋਂ ਉਠਾ ਕੇ ਤੇ ਸਿੱਖ ਬਣਾ ਲਿਆ ਹੁਣ ਵਿਸ਼ਵਾਸ ਤੇ ਸਾਡੀ ਰਹਿਣੀ ਬਹਿਣੀ ਕਹਿਣੀ ਕਥਣੀ ਫਰਕ ਪੈ ਗਿਆ ਇੱਥੇ ਕੀ ਹੈ ਕਿ ਤੜਾਗੀ ਲੱਕ ਨਾ ਬੰਨੀ ਹੈ ਤੇ ਉਹ ਵੀ ਸੋਭਣੀ ਖੋਰੀ ਜੀ ਕਰਮਹ ਕਟ ਪਦ ਨੂ ਪਰ ਸੋਹ ਹੈ ਤੇ ਕਹਿੰਦੇ ਹੱਥ ਵਿੱਚ ਕੀ ਹੈ ਕੜਾ ਪਾਇਆ ਸਾਥ ਸੰਗਤ ਉਹ ਕੜਾ ਵੀ ਕਹੇ ਜਾਂ ਜਿਹਦੇ ਵਿੱਚ ਬਰੀਕ ਬਰੀਕ ਘੁੰਗਰੂ ਨੇ ਜੀ ਪਦ ਪਦ ਨੂਪਰ ਸੋਹੈਂ ਹਾਂ ਕਹਿੰਦੇ ਉਤੋਂ ਦੇ ਚਰਨਾ ਵਿੱਚ ਵੀ ਇੱਕ ਉਹਨੂੰ ਚਗਲੇ ਵੀ ਕਹਿ ਦਿੰਦੇ ਅਲੱਗ-ਅਲੱਗ ਇਲਾਕਿਆਂ ਦੀ ਬੋਲੀ ਹੁੰਦੀ ਹੈ ਇੱਕ ਚਰਨਾ ਵਿੱਚ ਵੀ ਪਾਏ ਨੇ ਮਾਰੇ ਦੇ ਗੱਟਿਆਂ ਕੋਲੇ ਉਹ ਵੀ ਤਾਂ ਪਾਏ ਨੇ ਜਦੋਂ ਮਾਰੇ ਇੱਕ ਤੇ ਹਿਲਦੇ ਨੇ ਆਵਾਜ਼ ਆਉਂਦੀ ਹੈ ਅੱਜ ਵੀ ਕੋਈ ਦਰਪਤੇ ਘਰੇ ਵਿਚਾਰ ਕਰਕੇ ਦਾਸ ਪੁੱਛ ਰਿਹਾ ਸੀ ਕਿਉਂ ਪ੍ਰਾਣਾ ਸਮਾਸੀ ਸਾਹ ਸੰਗ ਅੱਜ ਕੱਲ ਤਾਂ ਲੋਕਾਂ ਨੇ ਕੈਮਰੇ ਲਵਾਏ ਨੇ ਜਗਾ ਜਗਾ ਤੇ ਬੱਚਾ ਮਾੜਾ ਬੋਲਿਆ ਨਹੀਂ ਤੇ ਮਾਂ ਕੋਲ ਉਹਦੀਆਂ ਮੈਸੇਜ ਆ ਜਾਂਦਾ ਇਹ ਪ੍ਰਾਣਾ ਸਮਾਸੀ ਪਾਉ ਥੋੜਾ ਬੱਚਾ ਹਿੱਲਿਆ ਉਹਦੀ ਜਿਹੜੀ ਮੂਮੈਂਟ ਆ ਪਤਾ ਲੱਗਦੀ ਰਹੇ ਜਿਵੇਂ ਤੇਲੀ ਦਾ ਬੁਲਦ ਪਿੱਛੇ ਇੱਕ ਡੰਡਾ ਲਾਉਣ ਦੇ ਟਕ 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 ਆਵਾਜ਼ ਆਉਂਦੀ ਆਉਂ ਲੱਗਦਾ ਰਹਿੰਦਾ ਉਹਨੂੰ ਸਾਰੀ ਦਿਹਾੜੀ ਕਿ ਜਿਵੇਂ ਮੇਰੇ ਪਿੱਛੇ ਕੋਈ ਆ ਰਿਹਾ ਪੇਤ ਪਾਉਣ ਵਾਸਤੇ ਜਿੱਥੇ ਸੋਵਣਿਕ ਵੀ ਨੇ ਉੱਥੇ ਇਹ ਵੀ ਪੇਤ ਪਾਉਣ ਵਾਸਤੇ ਕਿ ਜਿਹੜਾ ਬੱਚਾ ਜਾਗ ਪਿਆ ਜਾਂ ਹਿਲ ਰਿਹਾ ਜਾਂ ਕਹੇ ਜੇ ਉਹ ਸਮੇਂ ਦੇ ਵਿੱਚ ਜੀ ਜੋ ਦੇਖੇ ਤਿਸ ਕੋ ਮਨ 모ਹ ਹੈ ਜਿਹੜਾ ਦੇਖਦਾ ਦਰਸ਼ਨ ਕਰਦਾ ਉਹਦੇ ਹੀ ਮਨ ਨੂੰ 모ਹ ਲੈਂਦੇ ਨੇ ਜੀ ਦੋਏ ਦੋਏ ਦਸਨ ਅਦਰ ਦੁੱਤ ਹੋਈ ਕਹਿੰਦੇ ਦੋ ਬਹੁਤ ਸੋਹਣੇ ਦੰਦ ਨਿਕਲੇ ਜਿਹੜੇ ਦੋ ਲਾਲ ਲਾਲ ਬੁੱਲਾਂ ਦੇ ਵਿੱਚ ਦੀ ਦਿਸਦੇ ਨੇ ਕਿਵੇਂ ਦੱਸਦੇ ਹਾਂ ਦੱਸ ਦੇਣੇ ਅੱਗੇ ਦੱਸਣਗੇ ਕਵੀ ਜੀ ਸੰਪਟ ਬਦਰਮ ਜੋ ਜੁਗ ਮੋਤੀ ਕਹਿੰਦੇ ਇਉਂ ਲੱਗ ਰਿਹਾ ਜਿਵੇਂ ਮੂੰਗੇ ਦੇ ਜਿਵੇਂ ਮੂੰਗਾ ਹੁੰਦਾ ਸਾਥ ਸੰਗ ਲਾਲ ਰੰਗ ਦਾ ਲਾਲ ਰੰਗ ਦਾ ਮੂੰਗਾ ਹੁੰਦਾ ਉਹਦੇ ਵਿੱਚ ਜਿਵੇਂ ਸੋਭ ਨੇ ਇੱਕ ਦੋ ਮੋਤੀ ਪਏ ਹੋਣ ਕਵੀ ਜੀ ਅਲੰਕਾਰ ਬੰਦਦੇ ਨੇ ਕਹਿੰਦੇ ਉਵੇਂ ਜਿਹੜੇ ਮਹਾਰਾਜ ਦੇ ਪਹਿਲਾਂ ਹੁਣ ਦੋ ਦੰਦ ਨਿਕਲੇ ਨੇ ਕਿਉਂ ਉਮਰ ਹਮ ਵੱਧਦੀ ਜਾ ਰਹੀ ਹੈ ਨਾਲ ਨਾਲ ਇਥੇ ਹੁਣ ਪੜਾ ਤੜਾ ਆਪ ਜੀ ਸਾਹਮਣੇ ਵੱਧਦਾ ਜਾਣਾ ਸਮਾਂ ਉਹਨਾਂ ਕ ਉਹਦੇ ਵਿੱਚ ਕੋਸ਼ਿਸ਼ ਕਰਦੇ ਜਿੰਨਾ ਕ ਵੱਧ ਤੋਂ ਵੱਧ ਪ੍ਰਸੰਗ ਅਜ ਹੋ ਜਾਵੇ ਕਵੀ ਜੀ ਬਣਾ ਰਹੇ ਅਲੰਕਾਰ ਕਸ ਰਹੇ ਨੇ ਕਿ ਬੁੱਲਾ ਦੇ ਵਿੱਚ ਹੀ ਹੁਣ ਦੋ ਦੰਦ ਦਿਸਣ ਲੱਗੇ ਭਾਵ ਹੁਣ ਉਮਰ ਤਕਰੀਬਨ ਕੋਈ 8-9 ਮਹੀਨੇ ਦੀ ਹੋ ਚੱਲੀ ਸਾਲ ਦੀ ਹੋ ਚੱਲੀ ਆ ਹੁਣ ਟੌਰਣ ਵਾਲੇ ਹੋਣਗੇ ਹੁਣ ਪਹਿਲਾਂ ਰੋਣ ਲੱਗਣਗੇ ਕਰੋ ਸਰਵਣ ਜੀ ਚਾਪਈ ਅੰਗਣ ਮੈਂ ਰੰਗਣ ਗਤਕਾਰੀ ਤੇ ਕਹਿੰਦੇ ਹੁਣ ਕੀ ਹੋਇਆ ਹੁਣ ਆਪੇ ਕਈਰ ਮੁੱਦੇ ਹੋ ਜਾਂਦੇ ਨੇ ਹੁਣ ਕੀ ਕਰ ਰਹੇ ਨੇ ਜਦੋਂ ਕਿਤੇ ਕੱਪੜਾ ਵਿਛਾ ਕੇ ਪਾਉਂਦੇ ਨੇ ਮਹਾਰਾਜ ਨੂੰ ਥੋੜੇ ਥੋੜੇ ਰਿੰਗਣ ਲੱਗੇ ਭਾਵ ਰੜਨ ਲੱਗੇ ਵੇੜੇ ਵਿੱਚ ਜੀ ਚਰਨਾ ਬੁਜ ਖੈਂਚਤ ਬਲਹਾਰੀ ਕਹਿੰਦੇ ਕਿਵੇਂ ਕਰ ਰਹੇ ਨੇ ਚਰਨਾਂ ਨੂੰ ਥੋੜਾ ਖਿੱਚ-ਖਿੱਚ ਕੇ ਰੋੜ ਦੇ ਜੋਰ ਲਾਉਂਦੇ ਨੇ ਪਰ ਇਹ ਵੀ ਗੱਲ ਹੈ ਜਿਹੜਾ ਦਰਸ਼ਨ ਕਰਦਾ ਮਹਾਰਾਜ ਚਰਨਾਂ ਦੇ ਮਹਾਰਾਜ ਦੇ ਚਰਨ ਵੀ ਉਹਨਾਂ ਨੂੰ ਆਪ ਦੇ ਪ੍ਰੇਮ ਵਿੱਚ ਆਪਦੇ ਵਾਲੇ ਪਾਸੇ ਖਿੱਚਦੇ ਨੇ ਜੀ ਹੀਰਤ ਹਸਤ ਹਸਾਵਤ ਔਰੀ ਕਹਿੰਦੇ ਜਿਹੜਾ ਵੀ ਦਰਸ਼ਨ ਕਰਦਾ ਕਿਉਂ ਆਪ ਜੀ ਨੇ ਪਿਛਲੇ ਦਿਨੀ ਵੀ ਸਰਵਣ ਕੀਤਾ ਸੀ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਮਹਾਰਾਜ ਉਸ ਸਮੇਂ ਵੀ ਹੱਸਦੇ ਸੀ ਦੌਲਤਾਂ ਦਾਇਨੇ ਦੱਸਿਆ ਜਾ ਕੇ ਮੈਂ ਹੈਰਾਨ ਹੋ ਗਈ ਬੱਚਿਆਂ ਨੇ ਬਹੁਤਿਆਂ ਨੇ ਜਨਮ ਲਿਆ ਮੇਰੇ ਹੱਥੇ ਪਰ ਸਾਰੇ ਬੱਚੇ ਰੋਂਦੇ ਦੇਖੇ ਸੰਸਾਰ ਤੇ ਜਦੋਂ ਆਏ ਨੇ ਇਹ ਇਹ ਜਾਂ ਅਨੋਖਾ ਬੱਚਾ ਕਿ ਮਸਕਰਾ ਰਿਹਾ ਭਾਅ ਉਸਮਾਈਲ ਦੇ ਰਿਹਾ ਇੱਥੇ ਕਿਵੇਂ ਕਹਿੰਦੇ ਕਰੀ ਫੇਰ ਕਰੋ ਸਰਵਣ ਜੀ ਫੇਰਤ ਹਸਤ ਹਸਾਵਤ ਯਾਰੀ ਕਹਿੰਦੇ ਜਦੋਂ ਦੇਖਦੇ ਆ ਖੁਦ ਵੀ ਹੱਸਦੇ ਨੇ ਤੇ ਅੱਗੇ ਜਰਹਾਪ ਹੱਸਦੇ ਨੇ ਕਿ ਤੇ ਕੋਈ ਜਿਹੇ ਜੇ ਭਾਉਂਦੀ ਦੁਖੀ ਮਨ ਵਾਲਾ ਵੀ ਆਵੇ ਮਹਾਰਾਜ ਦੇ ਮੁਖ ਦੇਖ ਕੇ ਮੁਖ ਦੇ ਦਰਸ਼ਨ ਕਰਕੇ ਮਹਾਰਾਜ ਮਸਕਰਾਉਂਦਾ ਦੇਖ ਕੇ ਉਹ ਵੀ ਖੁਸ਼ੀ ਖੇੜੇ ਵਿੱਚ ਆਉਂਦੇ ਨੇ ਜੀ ਕਿਲ ਕਤ ਮੁਖ ਤੇ ਮਾਦਰ ਠੋਰੀ ਕਹਿੰਦੇ ਜਦੋਂ ਕਈ ਆਰ ਫਿਰ ਖੁਸ਼ੀ ਵਿੱਚ ਜ਼ਿਆਦਾ ਆ ਜਾਂਦੇ ਤੇ ਕਲਕਾਰੀ ਮਾਰਨ ਲੱਗ ਗਏ ਹੁਣ ਆਵਾਜ਼ ਆਉਣ ਲੱਗ ਗਈ ਹੁਣ ਜਦੋਂ ਕਲਕਾਰੀ ਮਾਰਦੇ ਨੇ ਤੇ ਦੱਸਦੇ ਨੇ ਕਹਿੰਦੇ ਉਹ ਵੀ ਇੰਨੀ ਮਿੱਠੀ ਆ ਕਿ ਸਭ ਦੇ ਮਨ ਨੂੰ ਭਾਉਂਦੀ ਆ ਜੀ ਦੀਦੀ ਕੁਲ ਕੀ ਆਨ ਬਦੂਟੀ ਤੇ ਜਿਹੜੀਆਂ ਬੋਟੀਆਂ ਭਾਵ ਜਿਹੜੀਆਂ 베ਦੀਆਂ ਦੇ ਕੁਲ ਵਿੱਚ ਵਿਆਹੀਆਂ ਬੀਬੀਆਂ ਜਿਹੜੀਆਂ ਜਦੋਂ ਆਉਂਦੀਆਂ ਸੁਣਦੀਆਂ ਮਹਾਰਾਜ ਦੀ ਵਡਿਆਈ ਸੁਣਦੀਆਂ ਵੀ ਇਹੇ ਜਿਹਾ ਸਾਡੇ ਕੁਲ ਵਿੱਚ ਇੱਕ ਬਾਲ ਆਇਆ ਜਿਹੜੀਆਂ ਅਨੋਖੇ ਹੀ ਦਰਸ਼ਨ ਨੇ ਅਨੋਖਾ ਹੀ ਉਹਦਾ ਸਰੂਪ ਹੈ ਜਿਹੜੇ ਦਰਸ਼ਨ ਕਰਨੇ ਹਿਰਦੇ ਨੂੰ ਠੰਡ ਪੈਂਦੀ ਹੈ ਕਈ ਬੀਬੀਆਂ ਦੱਸਦੇ ਗੁਰਮੁਖ ਪਿਆਰੇ ਵੀ ਹਰ ਰੋਜ਼ ਮਾਰੇ ਦਰਸ਼ਨ ਕਰਨ ਆਇਆ ਕਰਦੇ ਜਿਵੇਂ ਸਿੱਖ ਨੂੰ ਹੁਕਮ ਆਵੇ ਦੋ ਵਾਰ ਦਿਨ ਦੇ ਵਿੱਚ ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਕਿਉਂ ਜਿਉਂ-ਜਿਉਂ ਦਰਸ਼ਨ ਕਰਦਾ ਸਿੱਖ ਤੇ ਹਿਰਦੇ ਨੂੰ ਠੰਡ ਪੈਂਦੀ ਹੈ ਤੇ ਇਧਰੋਂ ਕਿਵੇਂ ਬੇਦਗੀਆਂ ਨੇ ਕੋਲ ਦੀਆਂ ਬੀਬੀਆਂ ਆਉਂਦੀਆਂ ਨੇ ਕੀ ਭਾਵਨਾ ਬਣਾ ਕੇ ਆਉਂਦੀਆਂ ਨੇ ਪਰਿਵਾਰ ਨੂੰ ਮਿਲ ਨਹੀਂ ਕਿ ਗੁਰਨਾਮ ਪਾਤਸ਼ਾਹ ਦੇ ਦਰਸ਼ਨ ਕਰੀਏ ਜੀ ਮੂਰਤ ਪਿੱਖ ਜਨ ਆਨੰਦ ਬੂਟੀ ਕਹਿੰਦੇ ਜੋ ਦਰਸ਼ਨ ਕਰਦੇ ਕਹਿੰਦੇ ਐਂ ਲੱਗਦਾ ਜਿਵੇਂ ਸੰਜੀਵਨੀ ਬੂਟੀ ਉਹ ਜਿਵੇਂ ਸੁੱਖ ਦਿੰਦੀ ਹੈ ਨਾ ਦੂਜਿਆਂ ਨੂੰ ਜੀਵਨ ਦਾਣ ਦੇਣ ਵਾਲੀ ਆ ਸੁੱਖ ਦੇਣ ਵਾਲੀ ਐ ਜਿਵੇਂ ਤੇ ਕਵੀ ਜੀ ਕੀ ਕਹਿੰਦੇ ਕਹਿੰਦੇ ਮਹਾਰਾਜ ਦੇ ਦਰਸ਼ਨ ਐਂ ਆ ਜਿਵੇਂ ਸੁੱਖ ਨੂੰ ਦੇਣ ਵਾਲੀ ਬੂਟੀ ਹੋਵੇ ਜੀ ਤੈ ਕਰ ਪੁਜ ਤੇ ਅੰਕ ਬਸਾਵਹਿ ਕਹਿੰਦੇ ਫੇਰ ਬੀਬੀਆਂ ਕੀ ਕਰਦੀਆਂ ਖੁਸ਼ੀ ਲੈਣਾ ਚਾਹੁੰਦੀਆਂ ਮਹਾਰਾਣ ਬਾਹਾਂ ਤੋਂ ਡੋਲਿਆਂ ਕੋਲੋਂ ਫੜਦੀਆਂ ਨੇ ਪ੍ਰੇਮ ਦੇ ਨਾਲ ਤੇ ਚਾੱਕ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਦੀ ਗੋਦੀ ਵਿੱਚ ਬਿਠਾਉਂਦੀਆਂ ਨੇ ਜੀ ਪਰਮ ਪ੍ਰੇਮ ਕਰ ਹਰਖ ਲੜਾਵੇ ਬਹੁਤ ਇੱਕ ਤਾਂ ਪ੍ਰੇਮ ਹੁੰਦਾ ਪ੍ਰੇਮ ਤੋਂ ਵੱਡਾ ਪਰਮ ਪ੍ਰੇਮ ਤੇ ਵੱਡਾ ਪ੍ਰੇਮ ਵੀ ਧਾਰਦੀਆਂ ਨੇ ਤੇ ਮਹਾਰਾਜ ਨਾਲ ਲੜ ਲਡਾਉਂਦੀਆਂ ਨੇ ਖੇਡਦੀਆਂ ਨੇ ਜੀ ਬੋਲੇ ਬਚਨ ਤੋਤਰੇ ਮੀਠੇ ਹੁਣ ਥੋੜੇ ਵੱਡੇ ਹੋ ਗਏ ਸਾਥ ਸੰਗਤ ਹੁਣ ਜਦੋਂ ਬੋਲਣ ਲੱਗੇ ਬਚਨ ਕਰਨ ਲੱਗੇ ਤੇ ਕਹੇ ਜੀ ਬਚਨ ਬੋਲਦ ਨੇ ਜੀ ਤੋਤਲੇ ਬੋ ਬਚਨ ਕਰ ਰਹੇ ਨੇ ਕਾ ਇੱਕ ਸਮਾ ਹੋਣਾ ਸਾਧ ਸੰਗਤ ਕਿੰਨੇ ਉਹ ਭਾਗਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਰੋਜ਼ ਦਰਸ਼ਨ ਕਰਦੇ ਹੋਣਗੇ ਜੀ ਬੋਲੇ ਬਚਨ ਤੋਤਰੇ ਮੀਠੇ ਤੇ ਤੋਤਲੇ ਵੀ ਬਚਨ ਨੇ ਪਰ ਵਿੱਚ ਮਠਾਸ ਵੀ ਬਹੁਤ ਆ ਜੀ ਸੁਨਹਿ ਨਾਰ ਨਰ ਲੱਗ ਹੈ ਈਠੇ ਕਹਿੰਦੇ ਬਸ ਜਿਹੜਾ ਸੁਣਦਾ ਉਹਦਾ ਪ੍ਰੇਮ ਪੈ ਜਾਂਦਾ ਐਨੇ ਮਨ ਨੂੰ ਮੋਹ ਲੈਂਦੇ ਨੇ ਬਚਨ ਜੀ تیر ਹੈ ਮਾਤ ਤਾਤ ਅਨੁਰਗ ਹੈ ਤੇ ਕਹਿੰਦੇ ਜਦੋਂ ਮਾਤਾ ਤੇ ਪਿਤਾ ਦੇਖਦੇ ਨੇ ਉਹਨਾਂ ਦੇ ਹਿਰਦੇ ਵਿੱਚ ਵੀ ਹੋਰ ਪ੍ਰੇਮ ਵਧਦਾ ਜੀ ਧਰਮ ਤੇ ਭੂਮਕਾ ਮ੍ਰਿਤਕਾ ਲੱਗ ਹੈ ਕਹਿੰਦੇ ਹੁਣ ਮਹਾਰਾਜ ਜਦੋਂ ਹੁਣ ਥੋੜੇ ਰੋਣ ਲੱਗੇ ਨਾ ਸਾ ਸੰਗਤ ਰੁਕਦੇ ਹੀ ਨਹੀਂ ਅੰਦਰ ਬਿਠਾਉਂਦੇ ਨੇ ਤੇ ਮਾਰਿਆ ਉਹ ਰੁੜ ਕੇ ਉਹ ਚਲੇ ਨੇ ਬਿਹੜੇ ਵਿਚਾਲੇ ਜਾ ਪਹੁੰਚਦੇ ਕਈ ਹਰ ਕੰਧਾਂ ਦੇ ਨੇੜੇ ਚਲੇ ਜਾਂਦੇ ਕਹਿੰਦੇ ਜਿਉਂ-ਜਿਉਂ ਰੁੜਦੇ ਨੇ ਪਾਸ ਮਿਰਤਕਾ ਭਾਵ ਮਹਾਰਾਜ ਦੇ ਵਸਤਰਾਂ ਨੂੰ ਅੰਗਾਂ ਨੂੰ ਮਿੱਟੀ ਕਈ ਵਾਰ ਲੱਗ ਜਾਂਦੀ ਜੀ ਲੱਗੀ ਤੂਰ ਤਨ ਧੂਸਰ ਹੋਏ ਤੇ ਧੂੜੀ ਲੱਗਣ ਦੇ ਨਾਲ ਕੱਪੜੇ ਜਿਹੜੇ ਹੈਗੇ ਆ ਮੈਲੇ ਹੋ ਜਾਂਦੇ ਨੇ ਜੀ ਅੰਬਲੇ ਅੰਬਾ ਅੰਗ ਤੋਏ ਹਾਂ ਅੰਬ ਭਾਵ ਪਾਣੀ ਤੇ ਅੰਬਾ ਭਾਵ ਮਾਂ ਮਾਤਾ ਜੀ ਕੀ ਕਰਦੇ ਮਾਤਾ ਤ੍ਰਿਪਤ ਜਲ ਲੈਂਦੇ ਨੇ ਤੇ ਮਹਾਰਾਜ ਦੇ ਅੰਗਾਂ ਨੂੰ ਧੋਂਦੇ ਨੇ ਜੀ ਮਲ ਕਰ ਮੁਖ ਮੱਜਨ ਕਰਵਾਇਓ ਕਹਿੰਦੇ ਮਲ ਕੇ ਮੁਖ ਦੇ ਐਂ ਮੱਜਨ ਕਰਾਉਂਦੇ ਨੇ ਪਾਉ ਸਾਫ ਕਰ ਦਿੰਦੇ ਨੇ ਜੀ ਪੂੰਛ ਸਰੀਰ ਅੰਕ ਬੈਸਾਇਓ ਕਹਿੰਦੇ ਫੇਰ ਪੂੰਝਦੇ ਨੇ ਤੇ ਪਣਗੇ ਉੱਪਰ ਸਜਾ ਦਿੰਦੇ ਨੇ ਜੀ ਝਗਲੀ ਚੀਨ ਨਵੀ ਨ ਪੋਨਾ ਕਹਿੰਦੇ ਫੇਰ ਕੀ ਕੀਤਾ ਕਹਿੰਦੇ ਮੈਂ ਆਪ ਦੇਖੀ ਗੱਲ ਕਹਿੰਦੇ ਕੀ ਕਹਿੰਦੇ ਮਹਾਰਾਜ ਵਾਸਤੇ ਫਿਰ ਸੋਹਣਾ ਜਾਂ ਨਾ ਪਤਲੇ ਕੱਪੜੇ ਦਾ ਇੱਕ ਝੱਗਾ ਜਾ ਸੀਗਾ ਲੰਮਾ ਜਿਹੜਾ ਗੋਡਿਆਂ ਤੱਕ ਲੰਮਾ ਸੀ ਕਹਿੰਦੇ ਉਹ ਲਿਆਂਦਾ ਤੇ ਮਹਾਰਾਜ ਵਿਵਾਦ ਦਿੱਤਾ ਜੀ ਤਹਰਾਈ ਤਨ ਤਾਤ ਤੇ ਕਿਹਨੇ ਪਾਇਆ ਮਾਂ ਨੇ ਪ੍ਰੇਮ ਦੇ ਨਾਲ ਜੀ ਤਹ ਕੋ ਪਾਨ ਕਰਾਏ ਕੈ ਪੌੜਿਓ ਕਰ ਮਾਤ ਤੇ ਕੀ ਕੀਤਾ ਹੁਣ ਹੁਣ ਥੋੜਾ ਥੋੜਾ ਜ਼ੋਰ ਪੈਣ ਲੱਗ ਗਿਆ ਹੁਣ ਹਲਕਾ ਹਲਕਾ ਕੀ ਕਰ ਰਹੇ ਨੇ ਪੈਰਾਂ ਉੱਪਰ ਜ਼ੋਰ ਦੇਣਾ ਚਾਹੁੰਦੇ ਨੇ ਥੋੜਾ ਥੋੜਾ ਹਿਲਦੇ ਨੇ ਜੀ ਤੇ ਕੀ ਕੀਤਾ ਮਾਂ ਮਾਂ ਹੁਣ ਲੱਗਿਆ ਦੁੱਧ ਪਿਉਣ ਜੀ ਚਾਪਈ ਜੁਗਲ ਕਟੀ ਪਲਨਾ ਪਰ ਸੋਏ ਤੇ ਦੋ ਘੜੀਆਂ ਭਾਵ ਸਾਧ ਸੰਗਤ 24 ਮਿੰਟ ਦਾ ਇੱਕ ਘੜੀ ਤੇ ਇਹ 48 ਮਿੰਟ ਬਾਅਦ ਮਾਂ ਨੇ ਦੁੱਧ ਪਿਆਇਆ ਕਿ ਪੁੱਤਰ ਰਾਮ ਕਰੇ ਪਰ ਸਾਧ ਸੰਗਤ ਜਿਹੜੇ ਅਵਤਾਰ ਹੁੰਦੇ ਆ ਸਾਧੂ ਹੁੰਦੇ ਆ ਤੇ ਇਹਨਾਂ ਦੀ ਥੋੜੀ ਜਿਹੀ ਨੀਂਦ ਹੁੰਦੀ ਬਸ ਹਲਕਾ ਜਾਂ ਢਮਕਾ ਲਾਉਣਾ ਤੇ ਨਾਲੇ ਉੱਠ ਕੇ ਬਹਿ ਜਾਣਾ ਜਿਵੇਂ ਆਪਾਂ ਪਿਛਲੇ ਦਿਨੇ ਬਾਬਾ ਮਾਹਰ ਨਾਲੋਂ ਸੀ ਪੁੱਛਵਾਣਾਂ ਦਾ ਸੰਝਾ ਕੀਤਾ ਸੀ ਬਚਨ ਸੌਂਦੇ ਨਹੀਂ ਸਨ ਮਾ ਪਾਉਂਦੇ ਸੀ ਪਰ ਉੱਠ ਕੇ ਬਹਿ ਜਾਂਦੇ ਸਨ ਮਾ ਫੇਰ ਪਾਉਣਾ ਮਾ ਨੇ ਫੇਰ ਉੱਠ ਕੇ ਬਹਿ ਜਾਣਾ ਸਾਰੀ ਰਾਤ ਇਉਂ ਚਾਲੇ ਰਹਿਣਾ ਜੇ ਜਦੋਂ ਤੁਰਨ ਲੱਗੇ ਤੇ ਪਤਾ ਉਦੋਂ ਲੱਗਦਾ ਸੀ ਜਦੋਂ ਮੰਜੇ ਤੋਂ ਉਤਰ ਕੇ ਤੇ ਦੂਰ ਕਿਤੇ ਜਾ ਕੇ ਬੈਠ ਕੇ ਤੇ ਅਭਿਆਸ ਕਰਨ ਲੱਗ ਜਾਂਦੇ ਸਨ ਕਿਉਂ ਜਿਹੜੇ ਦੇਵੀ ਪੁਰਸ਼ ਹੁੰਦੇ ਆ ਸਾਧ ਸੰਗ ਖੇੜ ਵੱਡੀ ਹੈ ਤੇ ਜੇ ਅਸੀਂ ਕਹੀਏ ਵੀ 48 ਮਿੰਟਾਂ ਬਾਅਦ ਅਸੀਂ ਉੱਠ ਕੇ ਬਹਿ ਜਾਾਂਗੇ ਤੇ ਬੜੀ ਮੁਸ਼ਕਲ ਗੱਲ ਹੈ ਕਿਉਂ ਉਹਨਾਂ ਦਾ ਭੋਜਨ ਵੀ ਸਾਧ ਸੰਗਤ ਸੂਖਮ ਹੁੰਦਾ ਬਹੁਤ ਥੋੜਾ ਭੋਜਨ ਸ਼ੱਕਦੇ ਤੇ ਜਿਹੜਾ ਬਹੁਤਾ ਨੀਂਦ ਦਾ ਕਾਰਨ ਹੈ ਵਕਾਰ ਨੇ ਸਾਧ ਸੰਗ ਦੇ ਪੰਜ ਵਕਾਰ ਜਿਹੜੇ ਭੋਗਦੇ ਨੇ ਜੇ ਭੋਗੇ ਵੀ ਨਾ ਤੇ ਮਨ ਵਿੱਚ ਵੀ ਲੈ ਕੇ ਆ ਜੇ ਤੇ ਤਾਂ ਵੀ ਇਹ ਦਿਲ ਇਦਰੀ ਕਰ ਦਿੰਦੇ ਸ੍ਰੀ ਨੂੰ ਭਾਵ ਅੰਦਰੋਂ ਤੋੜ ਦਿੰਦੇ ਨੇ ਜੀ ਜੁਗਲ ਕਟੀ ਪਲ ਨਾ ਪਰ ਸੋਏ ਤੇ ਦੋ ਘੜੀਆਂ ਜਦੋਂ ਪਿਆ ਹਲੇ ਹੋਈ ਸੀ ਜੀ ਜਾਗੇ ਬਹਰ ਸੁਚੇਤਨ ਹੋਏ ਉਦੋਂ ਉੱਠ ਕੇ ਬਹਿ ਗਏ ਹਾਂ ਜੀ ਲੱਗੇ ਬਾਲ ਲੀਲਾ ਪੁਨ ਕਰਨੇ ਬਸ ਫਿਰ ਲੱਗੇ ਬਾਲ ਲੀਲਾ ਕਰਨ ਜੀ ਪਕਰ ਹੈ ਪਰ ਨਾ ਹੋਏ ਪੱਗ ਪਰਨੇ ਬਸ ਫਿਰ ਆਸਰਾ ਲੱਭ ਕੇ ਤੇ ਥੋੜਾ ਥੋੜਾ ਪੈਰਾਂ ਤੇ ਭਾਰ ਆਪਦੇ ਚਰਨਾਂ ਤੇ ਦੇਣ ਲੱਗੇ ਜੀ ਭਇਓ ਚਰਨ ਬਲ ਹੋਵਹਿ ਠੰਡ ਕਹਿੰਦੇ ਹੁਣ ਹੌਲੀ ਹੌਲੀ ਜਦੋਂ ਪੂਰਾ ਭਾਰ ਆਉਣ ਲੱਗ ਗਿਆ ਤੇ ਆਪ ਖੜਨ ਲੱਗੇ ਪਾਸੇ ਨੂੰ ਬਾਹਾਂ ਕਰਕੇ ਖੜ ਜਾਂਦੇ ਪਾਵ ਹੁਣ ਕੋਈ ਆਸਰਾ ਨਹੀਂ ਲੈਂਦੇ ਜੀ ਖੇਲ ਹੈ ਬਲਨ ਮੈਂ ਹਿਤ ਬਾਡੇ ਬਗ ਥੋੜਾ ਥੋੜਾ ਤੁਰਨ ਲੱਗੇ ਤੇ ਜਾ ਕੇ ਬਾਹਰ ਜਿਵੇਂ ਆਪ ਜੀ ਨਾਲ ਉਹਨਾਂ ਦਾ ਵਚਨ ਸਾਂਝਾ ਕਰਦਾ ਸੀ ਬਾਲੀਲਾ ਸੰਗ ਉੱਥੇ ਖੇਲਣ ਜਾਇਆ ਕਰਦੇ ਜੀ ਤੁਰਨ ਲੱਗੇ ਜਦੋਂ ਜੀ ਊਖਨ ਸ਼ਬਦ ਪਲਾਵਤ ਹੋਵਤ ਨੈਨ ਚ ਬੀਲੇ ਛਬ ਸੋ ਜੋਵਤ ਤੇ ਕਹਿੰਦੇ ਜਦੋਂ ਤੁਰਦੇ ਨੇ ਨਾ ਜਦੋਂ ਸਾਥ ਸੰਗ ਦੇ ਤੇ ਜਿਹੜੇ ਉਹ ਜਿਹੜੇ ਗਹਿਣੇ ਪਾਏ ਸਨ ਸਾਧ ਸੰਗਤ ਹੁਣ ਉਹ ਨਾਲ ਉਹ ਵੀ ਛਣਛਣ ਕਰਦੇ ਨੇ ਗਾਉਂਦੇ ਨੇ ਨਾਲ ਫੇਰ ਪੜੋ ਜੀ ੁਖਨ ਸ਼ਬਦ ਪਲਾਵਤ ਹੋਵੋ ਤਾ ਤੇ ਨਾਲ-ਨਾਲ ਉਹ ਮੈਂ ਵਿੱਚ ਜਿਹੇ-ਜਿਹੇ ਘੁੰਗਰੂ ਨੇ ਉਹ ਆਪ ਦੇ ਘੁੰਗਰੂਆਂ ਮੁਤਾਬਕ ਸ਼ਬਦ ਗਾਉਂਦੇ ਜਿਵੇਂ ਜੀ ਨੈਣ ਛਬੀਲੇ ਛਬ ਸੋਜੋ ਵਤ ਬਹੁਤ ਸੋਹਣਿਕ ਮਹਾਰਾਜ ਦੇ ਨੇਤਰ ਨੇ ਸਾਧ ਸੰਗ ਕਹਿੰਦੇ ਕਿਵੇਂ ਕਹਿੰਦੇ ਮਨ ਨੂੰ ਮੋੜ ਵਾਲੇ ਨੇ ਸ਼ਬੀਲੇ ਨੇ ਪਾਪ ਜੀ ਦਿਨ ਬੋਲੇ ਨਾ ਆਲੇ ਆਵਹੈ ਤੇ ਕਨ ਜੇ ਬਲਾਵੇ ਨਾ ਕੋਈ ਮਾਰੇ ਨੂੰ ਘਰ ਵਿੱਚ ਆਵਾਜ਼ ਨਾ ਪਾਵੇ ਭਈ ਆਓ ਘਰ ਨੂੰ ਵਾਪਸ ਸ਼ਾਮਾਂ ਹੋ ਗਈਆਂ ਮਾਰੇ ਮੁੜਦੇ ਹੀ ਨਹੀਂ ਸੀ ਕਿੰਨੀਆਂ ਆਵਾਜ਼ਾਂ ਤੋਂ ਬਾਅਦ ਪਾਸ਼ਾ ਨੇ ਘਰ ਨੂੰ ਮੋੜਨਾ ਜੀ ਸਿਸ ਪਛਤਾਤ ਪਰਪ ਮਹਤਾਵਹ ਜਨਨੀ ਅਸਨ ਹਕਾਰ ਖਵਾਵਹ ਤੇ ਕਨ ਕੀ ਕਹਿੰਦੇ ਕਹਨੇ ਆਪ ਪਕਤ ਕਿੰਨਾ ਪਿੱਛੇ ਭਜਦੇ ਨੇ ਬੱਚਿਆਂ ਪਿੱਛੇ ਕਿੱਥੇ ਗਲੀਆਂ ਦੇ ਵਿੱਚ ਮੂਹਰੇ ਬੱਚਿਆਂ ਨੂੰ ਲਾ ਲੈਣਾ ਮਗਰ ਕਿ ਯਾਰ ਉਹਨਾਂ ਨੂੰ ਛੂਣ ਵਾਸਤੇ ਤੇ ਸਾਧ ਸੰਗਤ ਸਮਾ ਕਹੇ ਦਾ ਬਣਦਾ ਹੋਊਗਾ ਜਿਹਨੂੰ ਪਾਤਸ਼ਾਹ ਛੂੰਦੇ ਹੋਣਗੇ ਪਵਾਂ ਦੇ ਬਾਹ ਨੂੰ ਕੋਈ ਸਿਰ ਨੂੰ ਕਿਸੇ ਦੇ ਮੋਢੇ ਤੇ ਹੱਥ ਜਦੋਂ ਲਾਉਂਦੇ ਹੋਣਗੇ ਤੇ ਸਮਾ ਕੀ ਬਣਦਾ ਕੱਲ੍ਹ ਕੀ ਤਰ ਪਾਤਸ਼ਾਹ ਬਾਲਾ ਪ੍ਰੀਤਮ ਜੀ ਉਹ ਵੀ ਅੱਜ ਪਟਨਾ ਸਾਹਿਬ 'ਚ ਖੇਡ ਰਹੇ ਨੇ ਤੇ ਖੇਡ ਦੇ ਭੱਜੇ ਜਾਂਦੇ ਆ ਇੱਕ ਵਿਚਾਰਾ ਅਪਾਹਜ ਲੱਤ ਇੱਕ ਤੇ ਦੂਜੀ ਲਾਤ ਉਹਦੀ ਲੱਕੜ ਦੀ ਸਾਥ ਸੰਗਤ ਭਾਵ ਉਹ ਛੋਟੀ ਦਾ ਕੱਚ ਚ ਲਾ ਕੇ ਆਸਰੇ ਨਾਲ ਤੁਰ ਰਿਹਾ ਕੱਲ ਕੀ ਧਰ ਪਾਸ਼ਾ ਬਾਲਾ ਪ੍ਰੀਤਮ ਜੀ ਭੱਜੇ ਜਾਂਦੇ ਜਿਹੜੇ ਕੱਚ ਵਿੱਚ ਛੋਟੀ ਫਸਾਈ ਖਿੱਚ ਲਈ ਉਹਦੀ ਤੇ ਖਿੱਚ ਕੇ ਕਹਿੰਦੇ ਆ ਤੂੰ ਮੈਨੂੰ ਫੜਨ ਵਾਲੇ ਆਪਦੀ ਛੋਟੀ ਨੂੰ ਲੈ ਲੈ ਮੇਰ ਬਾਲਾ ਪ੍ਰੀਤਮ ਜੀ ਮੂਰੇ ਭੱਜ ਰਹੇ ਨੇ ਜਿਹੜਾ ਲੰਗੜਾ ਜਿਹੜਾ ਪਾਹਸੀ ਜਿਹੜਾ ਕਦੇ ਤੁਰਿਆ ਨਹੀਂ ਸੀ ਕਲਗੀ ਤਰਪਾ ਸਾਹਿਬ ਦੇ ਪਿੱਛੇ-ਪਿੱਛੇ ਭੱਜ ਰਿਹਾ ਛੋਟੀ ਫੜਨ ਵਾਸਤੇ ਤੇ ਜਦੋਂ ਦੇਖਿਆ ਹੈ ਮੇਨ ਦਾ ਡਿੱਗ ਜਾਣਾ ਚਾਹੀਦਾ ਸੀ ਤੇ ਜਿਹੜੀ ਲੱਤ ਮੇਰੀ ਥੱਲੇ ਨਹੀਂ ਲੱਗਦੀ ਸੀ ਸੁੱਕੀ ਹੋਈ ਸੀ ਅੱਜ ਮੈਂ ਭੱਜਿਆ ਜਾ ਰਿਹਾ ਤੇ ਸਮਝ ਆ ਗਈ ਇਹ ਕੋਈ ਬਾਲਾ ਪ੍ਰੇਤ ਨਹੀਂ ਕੋਈ ਛੋਟੇ ਨਹੀਂ ਇਹ ਖੁਦ ਆਪ ਰੱਬ ਨੇ ਉਵੇਂ ਇੱਕ ਵਾਰੀ ਫੇਰ ਪੜੋ ਜੀ ਸਿਸ ਪਛਤਾਤ ਪਰਪ ਮਹਤਾਵਹਿ ਇਉਂ ਕਰਕੇ ਗਲੀਆਂ ਦੇ ਵਿੱਚ ਸਾਹ ਸੰਗਤ ਉਹਨਾਂ ਬੱਚਿਆਂ ਦੇ ਪਿੱਛੇ ਭਜਦੇ ਨੇ ਤੇ ਕਈ ਵਾਰ ਉਹਨਾਂ ਨੂੰ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਨੂੰ ਫੜ ਲਿਆ ਲਾਵੇ ਹੁਣ ਸਾਨੂੰ ਛੂ ਕੇ ਦਿਖਾਓ ਉਹ ਵਿਚਾਰੇ ਲੱਭਦੇ ਰਹਿੰਦੇ ਆ ਭਜਦੇ ਰਹਿੰਦੇ ਆ ਪਰ ਪਾਸ਼ਾ ਉਹਨਾਂ ਦੇ ਹੱਥ ਵਿੱਚ ਨਹੀਂ ਆਉਂਦੇ ਜੀ ਜਨਨ ਨੇ ਅਸਨਹਕਾਰ ਖਵਾਵਹਿ ਮਾਤ ਮਾਤਾ ਜੀ ਵਾਜਾਂ ਦੇ ਦੇ ਕੇ ਬਲਾ ਬਲਾ ਕੇ ਕਹਿੰਦੇ ਆਓ ਤੁਸੀਂ ਘਰ ਨੂੰ ਕੁਛ ਨਾ ਕੁਛ ਤੁਸੀਂ ਸ਼ੱਕ ਲਵੋ ਜੀ ਨਾ ਅਗਾਤ ਦੇਖਤ ਬਲ ਜਾਵਹਿ ਬਸ ਰੁਕਦੇ ਕਿਤੇ ਮੁੜਦੇ ਨਹੀਂ ਸਾਥ ਸੰਗਤ ਕਹੇ ਜੇ ਕਹੇ ਜ ਚੋਜ ਨੇ ਇਹਨਾਂ ਦੇ ਪਾਤਸ਼ਾਹ ਦੇ ਇਹ ਛੋਟੀਆਂ ਛੋਟੀਆਂ ਖੇਡਾਂ ਦੇ ਵਿੱਚ ਸਾਥ ਸੰਗਤ ਕਿੰਨੀਆਂ ਖੇਡਾਂ ਜਿਵੇਂ ਕਲਗੀਧਰ ਪਾਤਸ਼ਾਹ ਦਾ ਆਪ ਜੀ ਸਮਾ ਮਹਾਰਾਜ ਦਾ ਕਿ ਪਾਤਸ਼ਾਹ ਬੀਬੀਆਂ ਦੇ ਘੜੇ ਗੁਲੇਲੇ ਚਲਾਉਂਦੇ ਭਾਂ ਦਿੰਦੇ ਨੇ ਮਾਤਾ ਜੀ ਨੂੰ ਜਾ ਕੇ ਲਾਂਬਾ ਦੇ ਦਿੱਤਾ ਮਾਤਾ ਜੀ ਬਾਲਾ ਪ੍ਰੀਤਮ ਜੀ ਸਾਡੇ ਘੜੇ ਭਾਂ ਦਿੰਦੇ ਆ ਮਾਤਾ ਕਹਿੰਦੇ ਲਓ ਗਾਗਰਾਂ ਬਈ ਗਾਗਰਾਂ ਲੈਤੀਆਂ ਪਾਤਸ਼ਾਹ ਨੇ ਤੀਰ ਚੱਕ ਲੇ ਹੁਣ ਤੀਰ ਮਾਰੇ ਤੇ ਫੇਰ ਆ ਗਿਆ ਲਾਂਬਾ ਮਾਤਾ ਜੀ ਪਹਿਲਾਂ ਗੁਲੇਲੇ ਚਲਾਉਂਦੇ ਸਨ ਕੱਚੇ ਘੜੇ ਭਾਂ ਦਿੰਦੇ ਸਨ ਤੇ ਹੁਣ ਸਾਡੀਆਂ ਗਾਗਨ ਮਾਤਾ ਜੀ ਕਹਿੰਨੇ ਬਲਾਓ ਬਈ ਅੱਜ ਹੁਣ ਮੈਨੂੰ ਗੁੱਸੇ ਦਾ ਹੋਣਾ ਹੀ ਪੈਣਾ ਬੁਲਾਇਆ ਤੇ ਗੁੱਸੇ ਹੋਣ ਲੱਗੇ ਕਹਿੰਦੇ ਨਹੀਂ ਮਾਤਾ ਜੀ ਮੈਂ ਤਾਂ ਭਲਾ ਕਰਦਾ ਭਈ ਤੂੰ ਕੀ ਭਲਾ ਕੀਤਾ ਤੂੰ ਇਹ ਮੈਂ ਇਹਨਾਂ ਨੂੰ ਮਾਇਆ ਦੇ ਕੇ ਗਾਗਰਾ ਮੰਗਵਾਈਆਂ ਤੇ ਤੂੰ ਗਾਗਰ ਪਾੜ ਦਿੱਤੇ ਕਹਿੰਦੇ ਮਾਤਾ ਜੀ ਖੋਲ ਕੇ ਦੇਖੋ ਵਿੱਚੋਂ ਤੇ ਜੋ ਦੇਖਿਆ ਵਿੱਚੇ ਛੋਟਾ ਜਿਹਾ ਸੱਪ ਦਾ ਬੱਚਾ ਪਾਸ਼ਾ ਕਹਿੰਦੇ ਮੈਂ ਇਹਨਾਂ ਦਾ ਭਲਾ ਕੀਤਾ ਮਾਤਾ ਜੀ ਇਹਨਾਂ ਨੇ ਇਹੀ ਪਾਣੀ ਪੀਣਾ ਸੀ ਤੇ ਸਾਰੇ ਟੱਬਰ ਨੇ ਮਰਨਾ ਸੀ ਮੈਂ ਇਹਨਾਂ ਸਾਰੇ ਪਰਿਵਾਰ ਦੀ ਜਾਨ ਬਚਾਈ ਕਿਉਂ ਜਿਹੜੇ ਗੁਰੂ ਅਵਤਾਰ ਹੁੰਦੇ ਆ ਸਾਧ ਸੰਗਤ ਇਹਨਾਂ ਦੇ ਹਰ ਖੇਡ ਵਿੱਚ ਹਰ ਇੱਕ ਚਾਰਨ ਭਾਉ ਨੇ ਬੈਠਣਾ ਖਾੜਨ ਭਾਉ ਦੇ ਆਰਾਮ ਵਿੱਚ ਹੋਣ ਕੋਈ ਛਕਣ ਤੇ ਕਿਸ ਨੂੰ ਦੇਣ ਭਾਉ ਨਹੀਂ ਕਿਸੇ ਤੋਂ ਮੰਗਣ ਕਹਿਣ ਵੀ ਆਚ ਹੀ ਸਾਨੂੰ ਦੇ ਪਾਉ ਇਹਨਾਂ ਦੀ ਹਰੇਕ ਖੇਡ ਦੇ ਵਿੱਚ ਕਿਸੇ ਨਾ ਕਿਸੇ ਜੀ ਦਾ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੁੰਦਾ ਜੀ ਦਦ ਅਰ ਉਦਨ ਮਾਤਤੇ ਇਹ ਕਹਿੰਦੇ ਮਾਤਾ ਜੀ ਨੇ ਕੀ ਆਖਿਆ ਦਈ ਤੇ ਚੌਲ ਕਰ ਲੈ ਵੀ ਚਲੋ ਬਈ ਤੁਸੀਂ ਦਹੀਂ ਤੇ ਚੌਲ ਛਕੋ ਜੀ ਅਰਧ ਖਾਏ ਪਲਾਏ ਅਰਧ ਖਾਏ ਪਲਾਏ ਕਹਿੰਦੇ ਹਲੇ ਅੱਧੇ ਹੀ ਖਾਦੇ ਸੀ ਪਲਾਏ ਭਾਵ ਖਾਂਦੇ ਖਾਂਦੇ ਮਾਤਾ ਨੇ ਇਧਰੋਂ ਦੇਖਿਆ ਨਹੀਂ ਹਲੇ ਅੱਧੇ ਚੌਲ ਤੇ ਅੱਧੇ ਕੇ ਦਹੀਂ ਛਕਿਆ ਸੀ ਤੇ ਜਨ ਪਲਾਏ ਫੇਰ ਚਲੇ ਗਏ ਬਾਹਰ ਫੇਰ ਖੇਡਣ ਨਿਕਲ ਜਾਂਦੇ ਨੇ ਜੀ ਬਲ ਕਲੀਲਾ ਕਰਤ ਸਭ ਕਹਿੰਦੇ ਬਾਲੀਲਾ ਕਰਦੇ ਸਾਰਿਆਂ ਨਾਲ ਜੀ ਲੱਖ ਜੋ ਲਖਿਆ ਨਾ ਜਾਏ ਕਹਿੰਦੇ ਇਹ ਜਿਹੜੇ ਖੇਡ ਆ ਕੋਈ ਬਿਆਨ ਨਹੀਂ ਕਰ ਸਕਦਾ ਇਹਦੇ ਵਿੱਚ ਕਿੱਡਾ ਕਿੱਡਾ ਭੇਤ ਕੀ ਪਤਾ ਖੇਡਦੇ ਕਿਸੇ ਨੇ ਮੱਥੇ ਤੇ ਹੱਥ ਫੇਰ ਦਿੰਦੇ ਹੁਣ ਕਿਸੇ ਦੇ ਮੱਥੇ ਤੇ ਦ੍ਰਿਸ਼ਟੀ ਪਾ ਦਿੰਦੇ ਨੇ ਹੁਣ ਆਪਾਂ ਨੂੰ ਕੀ ਆਪਾਂ ਸਮਝ ਸਕਦੇ ਆ ਜਿਹੜੇ ਮਹਾਰਾਜ ਦੇ ਨਾਲ ਖੇਡਦੇ ਹੋਣਗੇ ਕਿੱਡੇ ਵੱਡੇ ਹੋਣਗੇ ਕਿਵੇਂ ਧੁਰੋਂ ਦਰਗਾਹੋਂ ਮਾਰੇ ਨਾਲ ਲੈ ਕੇ ਆਏ ਹੋਣਗੇ ਅਸੀਂ ਤਾਂ ਤੁਹਾਡੇ ਦੀ ਵਧਾਈ ਕਰਨ ਯੋਗ ਵੀ ਨਹੀਂ ਹੈਗੇ ਜਿਹੜੇ ਖੇਡਦੇ ਹੋਣਗੇ ਮਹਾਰਾਜ ਦੇ ਅੰਗਨ ਅੰਗ ਛੂੰਦੇ ਹੋਣਗੇ ਮਹਾਰਾਜ ਦੇ ਮਿੱਠੇ ਬੋਲ ਨੂੰ ਸਰਵਣ ਕਰਦੇ ਹੋਣਗੇ ਮਹਾਰਾਜ ਦੇ ਮਿੱਠੇ ਬੋਲਾਂ ਨੂੰ ਸਰਵਣ ਕਰਕੇ ਮੰਨਦੇ ਹੋਣਗੇ ਕੀ ਖੇਡ ਹੋਗੀ ਸਾਥ ਸੰਗ ਮਹਾਰਾਜ ਜਿਹੜੇ ਹੱਸਦੇ ਦੇਖਦੇ ਹੋਣਗੇ ਜੀ ਤਾਂ ਪਹਿਲੇ ਕਰ ਕਾਲੂ ਅੰਕ ਦੁਲਾਰ ਹੈ ਤੇ ਇੱਕ ਦਿਨ ਫਿਰ ਪਿਤਾ ਜੀ ਨੇ ਪ੍ਰੇਮ ਦੇ ਨਾਲ ਇਕਲੌਤਾ ਪੁੱਤਰ ਤੇ ਪਾਸ਼ਨ ਗੁਰੂ ਨਾਨਕ ਮਹਾਰਾਜ ਨੂੰ ਆਦੀ ਗੋਦੀ ਵਿੱਚ ਬਿਠਾ ਕੇ ਤੇ ਖਿਲਾਉਣ ਲੱਗੇ ਜੀ ਪਾਵਤ ਸੁਖ ਕੋ ਬਦਨ ਨਹਾਰ ਹੈ ਤੇ ਦੇਖਦੇ ਨੇ ਦੇਖ ਦੇਖ ਕੇ ਬੜੇ ਮਨ ਵਿੱਚ ਸੁਖ ਪਾਉਂਦੇ ਨੇ ਜੀ ਤਦ ਕਰ ਜਨਕ ਅੰਕ ਕੋ ਜਾਵ ਬਾ ਥੋੜੇ ਬੈਠਦੇ ਥੋੜੇ ਹਾ ਥੋੜਾ ਚਿਰ ਬੈਠੇ ਤੇ ਛੱਡ ਕੇ ਉਹ ਗਏ ਹਾਂ ਜੀ ਰਲ ਬਲਨ ਸੁ ਖੇਲ ਮਚਾਵਾਂ ਫੇਰ ਖੇਲਣ ਲੱਗੇ ਨੇ ਜੀ ਸੁੰਦਰਤਾ ਮੰਦਰ ਮੁਖ ਹੀਰ ਹੈ ਕਹਿੰਦੇ ਬਹੁਤ ਸੁੰਦਰ ਸਰੂਪ ਆ ਜਿਹੜਾ ਮਹਾਰਾਜ ਦੇ ਮੁਖ ਦਾ ਹਾਂਜੀ ਨਰ ਨਾਰੀ ਜਾਵਤ ਮਗ ਕੇ ਰਹੈ ਕਹਿੰਦੇ ਫੇਰ ਕੀ ਕਰਦੇ ਨੇ ਜਿਹੜੇ ਕਿੰਨੇ ਸੁੰਦਰ ਨੇ ਰਾਸਤੇ ਵਿੱਚ ਜਾਂਦੇ ਬੀਬੀਆਂ ਬੰਦੇ ਮਹਾਰਾਜ ਰੋਕ ਰੋਕ ਘੇਰਦੇ ਨੇ ਮੂਰੇ ਹੋ ਹੋ ਕੇ ਮਹਾਰਾਜ ਦੇ ਦਰਸ਼ਨ ਕਰਕੇ ਇੱਕ ਦੂਜੇ ਦੱਸਦੇ ਨੇ ਆਪਾਂ ਜਦੋਂ ਦਰਸ਼ਨ ਕਰਦੇ ਆ ਨਾ ਮਨ ਨੂੰ ਬੜੀ ਸ਼ਾਂਤੀ ਟਿਕਾ ਕੋਈ ਇਹ ਵੀ ਕਹਿੰਦਾ ਜਦੋਂ ਮਹਾਰਾਜ ਦਰਸ਼ਨ ਕਰਕੇ ਕਿਸੇ ਕਾਰਜ ਨੂੰ ਚਲੇ ਜਾਓ ਕਾਰਜ ਉਸੇ ਸਮੇਂ ਸਫਲਾ ਹੋ ਜਾਂਦਾ ਜੀ ਬੋਲ ਹੈ ਬੋਲ ਬੁਲਾਵ ਹੈ ਬਚਨ ਆਪ ਵੀ ਬੋਲਦੇ ਨੇ ਤੇ ਮਹਾਰਾਜ ਦੇ ਨਾਲ ਬਚਨ ਸਾਂਝੇ ਕਰਦੇ ਤੇ ਆਪਸ ਵਿੱਚ ਵੀ ਵਿਚਾਰਾਂ ਕਰਦੇ ਮਹਾਰਾਜ ਬਾਰੇ ਜੀ ਜਿਹੜਾ ਮਾਦੂਰੀ ਕੀ ਜਨ ਰਚਨਾ ਤੇ ਕਿਵੇਂ ਜਿਵੇਂ ਕਿਵੇਂ ਮਿੱਠੀ ਮਿੱਠੀ ਬੋਲੀ ਬਚਨ ਕਰਦੇ ਨੇ ਜੀ ਕਰ ਹੈ ਪਰਸ ਪਰ ਲੋਕ ਲਗਾਈ ਆਪਸ ਵਿੱਚ ਕੀ ਕਰਦੇ ਨੇ ਕਿੰਨੇ ਕਰਮਾ ਵਾਲੇ ਨੇ ਜਿਹੜੀਆਂ ਇਸਤਰੀਆਂ ਆਉਂਦੀਆਂ ਇਕੱਠੀਆਂ ਹੋ ਕੇ ਵਡਿਆਈਆਂ ਕਰਦੀਆਂ ਨੇ ਕੀ ਵਡਿਆਈਆਂ ਕਰਦੀਆਂ ਕਿ ਕਿੰਨੇ ਕਰਮਾ ਵਾਲੇ ਨੇ ਮਾਤਾ ਤ੍ਰਿਪਤਾ ਜੀ ਦੀ ਗੱਲ ਕਰੀਏ ਪਿਤਾ ਮਹਿਤਾ ਕਾਲੂ ਜੀ ਦੀ ਗੱਲ ਕਰੀਏ ਉਹਨਾਂ ਦੀਆਂ ਗੱਲਾਂ ਕਰਦੇ ਨੇ ਕਿੰਨੇ ਭਾਗਾ ਵਾਲੇ ਨੇ ਜਿਨ੍ਹਾਂ ਦੇ ਘਰ ਵਿੱਚ ਇਹ ਜੇ ਅਵਤਾਰ ਨੇ ਜਨਮ ਲਿਆ ਜੀ ਕਾਲੂ ਭਾਗ ਅਹਾਂ ਅਦਕਾਈ ਪਿਤਾ ਮਹਿਤਾ ਕਾਲੂ ਜੀ ਦੱਸ ਰਹੇ ਨੇ ਕਿੱਡੇ ਵੱਡੇ ਭਾਗ ਨੇ ਜਿਨ੍ਹਾਂ ਦੇ ਘਰ ਵਿੱਚ ਆਏ ਨੇ ਜੀ ਕਿਸ ਆਵਾਸ ਸੁਤ ਅਸ ਉਪਜਿਓ ਜਿਨ੍ਹਾਂ ਦੇ ਘਰ ਵਿੱਚ ਇਹ ਜੇ अवतार ਨੇ ਜਨਮ ਲਿਆ ਜੀ ਸਭ ਵਿਦ ਸੋਨਿਹਾਲ ਭਵ ਭਇਓ ਤੇ ਕਹਿੰਦੇ ਹਰ ਪੱਖ ਤੋਂ ਜਿੱਥੋਂ ਵੀ ਜਿਹੜਾ ਦਰਸ਼ਨ ਕਰਦੇ ਆ ਹਰ ਪੱਖ ਤੋਂ ਗੁਰੂ ਸਾਹਿਬ ਆਪ ਨਿਹਾਲ ਨੇ ਤੇ ਜਿਹੜੇ ਦਰਸ਼ਨ ਕਰਦੇ ਉਹਨਾਂ ਨੂੰ ਵੀ ਨਿਹਾਲ ਕਰਦੇ ਨੇ ਜੀ ਸਭ ਹੈ ਸੁਭਾਵਕ ਪ੍ਰੇਮ ਮਾਨ ਕਹਿੰਦੇ ਹਰੇਕ ਦੇਖ ਕੇ ਪ੍ਰੇਮ ਧਾਰਦੇ ਨੇ ਮਹਾਰਾਜ ਨੂੰ ਆਪਦੇ ਮਨ ਵਿੱਚ ਜੀ ਕਰ ਹ ਬਦਨ ਨਿਹਾਰ ਕਹਿੰਦੇ ਜਦੋਂ ਮਹਾਰਾਜ ਦੇ ਦਰਸ਼ਨ ਭਾਵ ਮਹਾਰਾਜ ਦੇ ਸਰੀਰ ਦੇ ਦਰਸ਼ਨ ਕਰਦੇ ਜੇ ਸਮੇਂ ਜੀ ਜੈਸ ਜਾਤ ਸਮੁੰਦਰ ਮਹ ਕਹਿੰਦੇ ਜਿਵੇਂ ਸਮੁੰਦਰ ਦੀ ਉਦਾਹਰਣ ਦਿੰਦੇ ਜਿਵੇਂ ਨਦੀਆਂ ਵਗਦੀਆਂ ਨੇ ਸਾਧ ਸੰਗਤ ਉਹ ਜਿੱਥੋਂ ਮਰਜੀ ਵਗਣ ਪਰ ਅਖੀਰ ਨੂੰ ਜਾ ਕੇ ਉਹਨਾਂ ਦਾ ਜਿਹੜਾ ਅੰਤ ਹੈਗਾ ਸਮੁੰਦਰ ਵਿੱਚ ਰਲਿਆਂ ਤੋਂ ਹੁਣ ਇਹ ਜਦੋਂ ਜੀਵਨ ਦਰਸ਼ਨ ਕਰਦੇ ਨੇ ਸਮਝ ਜਾਂਦੇ ਨੇ ਅਸੀਂ ਨਦੀਆਂ ਤੇ ਇਹ ਜਿਹੜੇ ਬਾਲਾ ਪ੍ਰੀਤਮ ਗੁਰਨਾਣ ਪਾਸ਼ਾ ਨੇ ਇਹ ਸਮੁੰਦਰ ਨੇ ਅਸੀਂ ਇਹਨਾਂ ਵਿੱਚ ਸਮਾਉਣਾ ਜਿਵੇਂ ਫੇਰ ਪੜੋ ਜੀ ਜਿਵੇਂ ਜਾ ਤਸ ਸਮੁੰਦਰ ਮਹ ਸਭ ਸਰਤਾ ਕੋ ਬਾਰ ਹਾਂ ਬਸ ਜਿਵੇਂ ਅਖੀਰ ਨੂੰ ਅੰਤ ਨੂੰ ਸਾਰੀਆਂ ਨਦੀਆਂ ਜਾ ਕੇ ਠੰਡ ਪਾਉਂਦੀਆਂ ਨੇ ਸਮੁੰਦਰ ਵਿੱਚ ਪਹੁੰਚ ਕੇ ਜੀ ਸਖ ਚਕੋਰ ਲੋਕਨ ਕੇ ਬਰੰਦਾ ਕਹਿੰਦੇ ਜਿਵੇਂ ਕਿਵੇਂ ਇਹਨਾਂ ਨੂੰ ਲੱਗੀ ਹੈ ਜਿਵੇਂ ਮਹਾਰਾਜ ਦਾ ਮੁਖ ਜਿਵੇਂ ਆਪ ਜੀ ਨੇ ਚੰਦਰਮਾ ਵਰਗਾ ਸੁਣਿਆ ਸੀ ਕਹਿੰਦੇ ਇਹਨਾਂ ਅੰਦਰ ਕਹੇ ਜੀ ਪ੍ਰੀਤੀ ਪੈ ਰਹੀ ਹੈ ਜਿਵੇਂ ਚਕੋਰਾ ਹੋਣ ਮਹਾਰਾਜ ਜਿਵੇਂ ਦਰਸ਼ਨ ਕਰਦੇ ਪੜੋ ਪੂਰੀ ਪੰਕਤੀ ਜੀ ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ ਜਿਉਂ-ਜਿਉਂ ਦਰਸ਼ਨ ਕਰਦੇ ਨੇ ਮਹਾਰਾਜ ਦੇ ਚੰਦਰ ਆਪਣੇ ਚੰਦਰਬਾ ਵਰਗੇ ਮੁਖ ਦੇ ਤੇ ਚਕੋਰਾ ਵਾਂਗੂ ਆਪਦੇ ਹਿਰਦੇ ਨੂੰ ਸ਼ਾਂਤੀ ਪਾਉਂਦੇ ਨੇ ਜੀ ਸੁੰਦਰ ਰੂਪ ਹੀਰ ਰਵ ਨਿਆਈ ਜਨ ਅਰਬਿੰਦ ਬਦਨ ਬਿਗਸਾਈ ਕਹਿੰਦੇ ਇਉਂ ਵੀ ਇੱਕ ਅਲੰਕਾਰ ਬੰਦੇ ਨੇ ਕਹਿੰਦੇ ਮਹਾਰਾਜ ਦਾ ਮੁਖ ਹਣ ਸੂਰਜ ਵਰਗਾ ਕਹਿੰਦੇ ਇਹ ਕੌਣ ਨੇ ਕਹਿੰਦੇ ਇਹ ਕਮਲ ਵਰਗੇ ਨੇ ਜਿਵੇਂ ਸੂਰਜ ਨਿਕਲਦਾ ਤੇ ਕਮਲ ਖੜ ਜਾਂਦੇ ਤੇ ਕਹਿੰਦੇ ਓਵੇਂ ਇਥੋਂ ਦੇ ਜਿਹੜੇ ਰਹਿਣ ਵਾਲੇ ਨਨਕਾਣਾ ਸਾਹਿਬ ਦੇ ਜਿਹੜੇ ਸੰਗਤਾਂ ਕਹਿੰਦੇ ਜਿਉਂ-ਜਿਉਂ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ ਸੂਰਜ ਰੂਪੀ ਮੁਖ ਦੇ ਤੇ ਕਮਲ ਵਰਗੇ ਬਣ ਕੇ ਤੇ ਮੁਖ ਭਾਵ ਖੜ ਜਾਂਦੇ ਉਹਨਾਂ ਦੇ ਵੀ ਜੀ ਧੰਟਕ ਜਿਉਂ ਸੁਨ ਕੈ ਬਰਬਾਨੀ ਰਹਿ ਠਾਂਡ ਠਿਕ ਮ੍ਰਿਗ ਹੈ ਸਮਾਨੀ ਤੇ ਇੱਥੇ ਗੱਲ ਕਰਦੇ ਸਾਧ ਸੰਗਤ ਜਿਵੇਂ ਇੱਕ ਜਾਨਵਰ ਉਹ ਜਉ ਜਉ ਮਿਰਗ ਜਦੋਂ ਘੰਡੇ-ਹੇੜੇ ਦੀ ਆਵਾਜ਼ ਸੁਣਦਾ ਨਾ ਸਾਧ ਸੰਗਤ ਉਹਦੇ ਸਰੀਰ ਵਿੱਚ ਬੱਲੇ ਰਹਿੰਦਾ ਜਦੋਂ ਵੀ ਘੰਡੇ-ਹੇੜੇ ਦੀ ਆਵਾਜ਼ ਸੁਣੇ ਤੇ ਉੱਥੇ ਨੂੰ ਭੱਜ ਲੈਂਦਾ ਜਿੱਥੋਂ ਆਵਾਜ਼ ਆਉਂਦੀ ਭਵਾਂ ਦੀ ਉਹਦੇ ਮੌਤ ਦਾ ਕਾਰਨ ਹੀ ਬਣ ਜਵੇ ਅਖੀਰ ਨੂੰ ਭਵਾਂ ਦੀ ਸ਼ਿਕਾਰੀ ਫਾੜੀ ਲਵੇ ਉਹਨੂੰ ਤੇ ਉਵੇਂ ਸਾਰੇ ਜੀਵਾਂ ਤਲੰਕਰ ਬੰਦ ਫੇਰ ਕਰੋ ਸਰਵਣ ਜੀ ਤੱਕ ਜਿਉ ਸੁਨ ਕੈ ਬਰਬਾਨੀ ਜਿਵੇਂ ਜਦੋਂ ਕਿਨੇ ਜਦੋਂ ਮਾਰੇ ਦੇ ਮੁਖਰੇ ਜਦੋਂ ਕੋਈ ਵਚਨ ਸੁਣਦਾ ਤੇ ਉਵੇਂ ਜਿਵੇਂ ਭੱਜ ਕੇ ਜਾਂਦਾ ਘੰਡੇ 헤ਰੇ ਦੀ ਬਾਅਹ ਸੁਣ ਕੇ ਜਿਵੇਂ ਜੀ ਹੈ ਠਾਂਡ ਟਿੱਕ ਮਿਰਗ ਹੈ ਸਮਾਨੀ ਬਸ ਕਹਿੰਦੇ ਖੜ ਨਹੀਂ ਸਕਦੇ ਮਿਰਗ ਮੰਗੂ ਮਾਰੇ ਦੇ ਚਰਨਾਂ ਵਿੱਚ ਜਾ ਪਹੁੰਚਦੇ ਨੇ ਜੀ ਇਸ ਵਿਦਬਾਲਕ ਲੀਲਾ ਕਰਹੀ ਕਿਉਂ ਕਰਕੇ ਬਾ ਲੀਲਾ ਕਰਦੇ ਨੇ ਗੁਰਨਾਨਕ ਪਾਤਸ਼ਾਹ ਜੀ ਧਿਆਨ ਜੇ ਤਰਹਿ ਭਵੋਦ ਜਿਤ ਤਰਹੀ ਕਹਿੰਦੇ ਜਿਹੜਾ ਧਿਆਨ ਧਰਦਾ ਚਰਨਾਂ ਦਾ ਉਹ ਇਸ ਭਵਜਲ ਸਾਗਰ ਤੋਂ ਤਰ ਜਾਂਦਾ ਜੀ ਪਾਂਚ ਵਰਖ ਕੀ ਹੋਈ ਬੈਸਾ ਜਦੋਂ 5 ਸਾਲ ਦੀ ਸਾ ਸੰਗ ਗੁਰਨਾਨ ਨ ਪਾਤਸ਼ਾਹੀ ਉਮਰ ਹੋਈ ਜਿਸ ਸਮੇਂ ਜੀ ਕਰਨ ਲੱਗੇ ਕਾਰਜ ਪੁੰਨ ਐਸਾ ਕਹਿੰਦੇ ਫਿਰ ਇੱਕ ਨਵਾਂ ਕੰਮ ਸ਼ੁਰੂ ਕਰ ਲਿਆ ਕਿਹੜਾ ਕੀਤਾ ਸ਼ੁਰੂ ਕਰੋ ਸਰਵਣ ਜੀ ਲੇਵਸਤ ਘਰ ਬਾਹਰ ਤਾਵਹਿ ਜਿਹੜੀ ਕੋਈ ਚੀਜ਼ ਦੇਖਦੇ ਨੇ ਘਰ ਵਿੱਚ ਚੱਕ ਕੇ ਘਰੋਂ ਬਾਹਰ ਲੈ ਕੇ ਭੱਜ ਜਾਂਦੇ ਨੇ ਜੀ ਝੋਲੇ ਵਹ ਸੋ ਜਾਏ ਗਵਾਵਹਿ ਕਹਿੰਦੇ ਜਿਹੜੀ ਚੀਜ਼ ਨੂੰ ਘਰੋਂ ਚੱਕਦੇ ਨੇ ਬਾਹਰ ਜਾ ਕੇ ਗਵਾ ਆਉਂਦੇ ਨੇ ਜੀ ਭਾਂਜਨ ਭੂਖਾ ਨ ਬਸਨ ਜੇ ਕਹਿੰਦੇ ਕੋਈ ਭਾਂਡੇ ਹੋਣ ਕੋਈ ਕੱਪੜੇ ਹੋਣ ਕੋਈ ਗਹਿਣੇ ਹੋਣ ਤੇ ਆਦਿਕ ਜੀ ਨਿਜਨ ਤੇਤ ਥੇਲੇ ਕਹਿੰਦੇ ਆਪਦੇ ਘਰ ਤੋਂ ਲੈ ਕੇ ਜੀ ਜਾਏ ਨਰਸਤ ਹੈ ਜਾਏ ਤਹ ਜਿੱਥੇ ਜਾਂਦੇ ਆ ਉੱਤੇ ਸਾਸਾਂ ਸਿੱਟੇ ਆਉਂਦੇ ਦੇ ਆਉਂਦੇ ਉਹਨਾਂ ਗਰੀਬਾਂ ਨੂੰ ਜੀ ਜਹ ਅਗਾਤ ਦੀਨੇ ਕਿੱਥੇ ਜਿੱਥੇ ਕੋਈ ਗਰੀਬ ਦਿਸ ਜਾਵੇ ਉਹਨਾਂ ਨੂੰ ਜੀ ਕਰਤਨਤਾ ਪ੍ਰਤ ਇਹ ਵਿਦਕਾਰ ਕਿਉਂ ਕਰਕੇ ਢੰਗ ਨਾਲ ਮਾਰ ਖੇਡਾਂ ਵਰਤਾਉਂਦੇ ਰਹੇ ਜੀ ਦਇਆ ਕਰਨ ਕੋ ਜਹ ਵਿਵਹਾਰ ਕਹਿੰਦੇ ਬਸ ਗੁਰੂ ਸਾਹਿਬ ਦੀ ਇੱਕ ਹੀ ਸੀ ਖੇਡ ਕਿ ਮੈਂ ਦਇਆ ਕਰਨੀ ਆ ਤੇ ਸਾਨੂੰ ਵੀ ਕਿਹਾ ਦਇਆ ਕਰਨੇ ਦੁੱਖ ਹਰਨ ਤੇ ਉਵੇਂ ਮਾਰੇ ਦਾ ਸਵਾਰ ਜਿਹੜੀ ਕੋਈ ਖੇਡ ਮਿਲਦੀ ਹੈ ਕੋਈ ਗਰੀਬ ਗੁਰਵਾ ਦੱਸਦਾ ਘਰੋਂ ਚੱਕਦੇ ਉਹਨੂੰ ਉਹਦੇ ਵੀ ਫੜਾਉਂਦੇ ਗਹਿਣੇ ਹੱਥ ਦੇ ਲਾ ਕੇ ਦੇ ਆਉਂਦੇ ਤੇ ਦੇਖੋ ਐਂ ਗੁਰਨਾਨਕ ਪਾਤਸ਼ਾਹ ਜੀ ਖੇਡ ਚੱਲ ਰਹੀ ਹੈ ਤੇ ਐਂ ਕੱਲ੍ਹ ਕੀ ਤਰਪਾ ਪਾਤਸ਼ਾਹ ਜੀ ਆ ਕੰਗਣ ਘਾੜ ਚਲੇ ਜੋ ਖੇਡਾਂ ਸਾਰੀਆਂ ਉਵੇਂ ਚੱਲ ਰਹੀਆਂ ਨੇ ਕੋਈ ਭੇਤ ਨਹੀਂ ਗੁਰਨਾਨ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਕਿਤਾਰ ਪਾਤਸ਼ਾਹ ਤੱਕ ਜੀ ਇੱਕ ਬਾਸਰ ਇੱਕ ਭਾਂਜਨ ਲੀਨਾ ਰੰਕ ਪਿਖਿਓ ਇੱਕ ਤਹ ਸੁੱਟ ਦੀਨਾ ਕਹਿੰਦੇ ਇੱਕ ਦਿਨ ਘਰੋਂ ਵਰਤਨ ਚੱਕਿਆ ਤੇ ਇੱਕ ਗਰੀਬ ਦੇਖਿਆ ਵਿਚਾਰਾ ਬਹੁਤ ਗਰੀਬ ਹੈ ਉਹਨੇ ਮੁਰੇ ਬਰਤਨ ਛੱਡ ਕੇ ਤੇ ਘਰ ਵਾਪਸ ਆ ਗਏ ਜੀ ਮੁਰ ਕਰ ਨਿਜ ਕਰ ਆਏ ਜਬ ਹੀ ਜਦੋਂ ਆਪਦੇ ਘਰ ਵਿੱਚ ਵਾਪਸ ਮੁੜ ਕੇ ਆਏ ਜੀ ਜਨਨੀ 헤ਰੇ ਰੋਸੀ ਤਬਹੀ ਮਾਂ ਨੂੰ ਅੱਜ ਫਿਰ ਗੁੱਸਾ ਚੜ ਗਿਆ ਬਈ ਇਹ ਤਾਂ ਘਰ ਵਿੱਚ ਛੱਡਦਾ ਹੀ ਕੁਛ ਨਹੀਂ ਜਿਹੜੀ ਚੀਜ਼ ਹੱਥ ਲੱਗਦੀ ਆ ਤੇ ਬਾਹਰ ਛੱਡਿਆਉਂਦਾ ਜਿਹੜੀ ਚੀਜ਼ ਮਿਲਦੀ ਆ ਲੋਕਾਂ ਨੂੰ ਵੰਡਿਆ ਆਉਂਦਾ ਜੀ ਮਾਂ ਕਹਿੰਦੀ ਅੱਜ ਤਾਂ ਬਈ ਇਹਨਾਂ ਦੋ ਹੱਥ ਕਰਨੇ ਆ ਬਸ ਥੋੜਾ ਜਿਹਾ ਪ੍ਰਸੰਗ ਰਹਿ ਗਿਆ ਅਸੀਂ ਵੀ ਕੁਦਰਤੀ ਲੇਟ ਹੋ ਰਹੇ ਆਂ ਆਪਰ ਕਰਨ ਥੋੜਾ ਪੂਰਾ ਕਰ ਲਿਓ ਪੜੋ ਥੋੜਾ ਗੱਜ ਕੇ ਜੀ ਜਨਨੀ 헤ਰੇ ਰੋਸੀ ਤਬਹੀ ਮਾਂ ਨੂੰ ਝਾ ਦੇਖ ਕੇ ਅੱਜ ਬੜਾ ਗੁੱਸਾ ਚੜਿਆ ਜੀ ਗੁੱਜਨ ਲੱਗੀ ਕਹਾਂ ਤੈ ਗੇਰਾ ਪੁੱਛ ਲੈ ਮਾਂ ਨੇ ਬਈ ਕਿੱਥੇ ਤੈਨੂੰ ਹੋਣੀ ਤੇਰੇ ਹੱਥੇ ਇੱਕ ਭਾਂਡਾ ਦੇਖਿਆ ਸੀ ਤੂੰ ਕਿੱਥੇ ਲੈ ਕੇ ਗਿਆ ਅਤਿਆਦਿਕ ਜੀ ਅਬਥੋ ਕਰ ਮਹ ਭਈ ਨਦੇਰਾ ਮਾਰੇ ਕਹਿੰਦੇ ਥੋੜਾ ਮਾਤਾ ਜੀ ਕਹਿੰਦੇ ਥੋੜੀ ਦੇਰੀ ਵੀ ਨਹੀਂ ਹੋਈ ਮੈਂ ਹੋਣੀ ਤੇਰੇ ਹੱਥੇ ਭਾਂਡਾ ਦੇਖਿਆ ਸੀ ਦੇ ਕਿੱਥੇ ਗਿਆ ਭਰਤਨ ਨਾ ਘਰ ਵਿੱਚ ਦਿਸਦਾ ਨਾ ਤੇਰੇ ਹੱਥ ਵਿੱਚ ਦਿਸਦਾ ਜੀ ਮੁਖ ਤੇ ਕਹੇ ਨਾ ਉੱਤਰ ਕੋ ਮਹਾਰਾਜ ਨੇ ਕੋਈ ਸਾਧ ਸੰਗ ਮੁਖ ਤੋਂ ਨਹੀਂ ਬੋਲੇ ਨਾ ਕਿਸੇ ਗੱਲ ਦਾ ਜਵਾਬ ਦਿੱਤਾ ਜੀ ਭੇ ਤੂਸ਼ ਨਹੀਂ ਗਤਦਾ ਜੋ ਤੇ ਬਸ ਐਂ ਚੁੱਪ ਹੋ ਗਏ ਜਿਵੇਂ ਹਿਰਨਾ ਬੱਚਾ ਹੋਵੇ ਮਿਰਗ ਦਾ ਬੱਚਾ ਹੋਵੇ ਜਿਵੇਂ ਐ ਹੀ ਹੋ ਗਏ ਬਸ ਐ ਨੀਮੀ ਪਾਲੀ ਜੀ ਕਰਮ ਲੈ ਲੱਕਰੀ ਤਬ ਮਾਤਾ ਮਾਂ ਕਹਿੰਦੀ ਅੱਜ ਨਹੀਂ ਮੈਂ ਛੱਡਣਾ ਬਈ ਮਾਂ ਨੇ ਸੋਟੀ ਚੱਕ ਲਈ ਸਾਧ ਸੰਗ ਲੱਕੜ ਦੀ ਅੱਜ ਤੱਕ ਇਹਨੇ ਘੇਰਨੇ ਘੇਰਨਾ ਵੀ ਅੱਜ ਤੂੰ ਦਾ ਘਰ ਵਿੱਚ ਛੱਡਿਆ ਕੋਈ ਨਹੀਂ ਜੇ ਤੈਨੂੰ ਨਾ ਰੋਕਿਆ ਤੇਰਾ ਬਾਪੂ ਫੇਰ ਗੁੱਸੇ ਹੋਊ ਮਾਵਾਂ ਵੈਸੇ ਚੰਗੀਆਂ ਬਹੁਤ ਹੁੰਦੀਆਂ ਬਹੁਤ ਬੱਚਿਆਂ ਨੇ ਪੜਦੇ ਰੱਖਦੀਆਂ ਨਾਲੇ ਸੌਹਾਂ ਖਾਈ ਜਾਣਗੇ ਤੇਰੇ ਪਿਓ ਨੂੰ ਦੱਸ ਦੇਣਾ ਅੱਜ ਮੈਂ ਤੇ ਸਾਰਾ ਕੁਝ ਆਹ ਤੇਰੇ ਪਿਓ ਨੂੰ ਦੱਸ ਕੇ ਤੇ ਲੱਤ ਪਹਨਾ ਦੇਣੀ ਐ ਸੌਹਾਂ ਵੀ ਖਾ ਲੈਣੀਆਂ ਮਹਾਰਾਜ ਦੀਆਂ ਪਰ ਕਰਨਾ ਕੁਛ ਵੀ ਨਹੀਂ ਮਾਂ ਵਿੱਚ ਹੁੰਦੀਆਂ ਪ੍ਰੇਮ ਵਿੱਚ ਹੁੰਦੀਆਂ ਕਰੀ ਫੇਰ ਕਰੋ ਸਰਵਣ ਜੀ ਕਰਮਹਲੇ ਲੱਕਰੀ ਤਬ ਮਾਤਾ ਮਾਂ ਨੇ ਅੱਜ ਛੋਟੀ ਚੱਕ ਲਈ ਜੀ ਵਰਪਾ ਮਨ ਲੱਗੀ ਨਿਜਤਾਤਾ ਹੁਣ ਆਪਦੇ ਪੁੱਤਰ ਨੂੰ ਭਾਵ ਗੁਰਨਾਨਕ ਪਾਸ਼ਾ ਰੱਬ ਨੂੰ ਡਰਾਉਣ ਲੱਗੀ ਮਾਂ ਔਰ ਛੋਟੀਆਂ ਤਾਂ ਉਹਨੂੰ ਚੱਕ ਚੱਕ ਕੇ ਡਰਾਉਂਦੀ ਆ ਜੀ ਮਿਰਗ ਅਰਬਕ ਸੇ ਚੱਕ ਤ ਚਖ ਜਿਵੇਂ ਕਹਿੰਦੇ ਮਿਰਗ ਦਾ ਬੱਚਾ ਹੋਵੇ ਤੇ ਕਹਿੰਦੇ ਜਿਵੇਂ ਅੱਖ ਨੀਵੀਂ ਕਰ ਲਵੇ ਅੱਗੋਂ ਜੀ ਕਰੇ ਨੀਚ ਡਰ ਮਾਤ ਜਿਵੇਂ ਡਰਦਾ ਸਨ ਨੀਮੀ ਰਖਿਆ ਪਲਕਾਂ ਡਿੱਗੀ ਜਾਣ ਜਿਵੇਂ ਜੀ ਸੱਜਲ ਭਾਏ ਚੱਖ ਦੋ ਮਨੋਂ ਕਹਿੰਦੇ ਦੇਖਦੇ ਆਂ ਦੇਖਦੇ ਆਂ ਦੋਨੇ ਨੇਤਰ ਮਾਰੇ ਦੇ ਸੇਜਲ ਹੋ ਗਏ ਮਾਰੇ ਅੱਖਾਂ ਵਿੱਚ ਜਲ ਆ ਗਿਆ ਜੀ ਸੂਰਤ ਸਰਤਾ ਘਾਤ ਕਹਿੰਦੇ ਓਹ ਲੱਗਦਾ ਕਵੀ ਜੀ ਅਲੰਕਾਰ ਬੰਦੇ ਨੇ ਕਹਿੰਦੇ ਜਿਵੇਂ ਨੇਤਰਾਂ ਵਿੱਚ ਨਦੀ ਵਗਰੀ ਹੋਵੇ ਓਹ ਵਗਣ ਲੱਗੀਆਂ ਜੀ ਲਾਲੂ ਪਿਤਰ ਬੰਦ ਤਬ ਆਇਓ ਇੰਨੇ ਚਿਰ ਨੂੰ ਪਿਤਾ ਮਹਿਤਾ ਕਾਲੂ ਜੀ ਦਾ ਭਰਾ ਛੋਟਾ ਲਾਲੂ ਜੀ ਚਾਚਾ ਲਾਲੂ ਘਰ ਵਿੱਚ ਆ ਗਿਆ ਜੀ ਕਰਨ ਨਾ ਰਸਮੇ ਹੋ ਛੁਟਕਾਇਓ ਕਹਿੰਦੇ ਫੇਰ ਮਿੱਠੇ ਬੋਲ ਬੋਲੇ ਨਾ ਐਉਂ ਨਾ ਕਰੋ ਕਿੰਨੀਆਂ ਸੁੱਖਾਂ ਦੇ ਨਾਲ ਮਸਾਂ ਘਰ ਵਿੱਚ ਪੁੱਤਰ ਆਇਆ ਨਾ ਮਾਰੋ ਨਾ ਤੁਸੀਂ ਮੂਰੇ ਹੋ ਹੋ ਕੇ ਰੋਕ ਲਿਆ ਤੇ ਮਾਤਾ ਦੇ ਹੱਥ ਛੋਟੀ ਵੀ ਸਟਾ ਦਿੱਤੀ ਨਾ ਐਉਂ ਨਾ ਕਰੋ ਮੂਰੇ ਆਪ ਖੜ ਗਏ ਨੇ ਤੇ ਕਹਿੰਦੇ ਨਹੀਂ ਮੈਂ ਆਉਦੇ ਮੂਰੇ ਨਹੀਂ ਦੇਖ ਸਕਦਾ ਕਿ ਤੁਸੀਂ ਗੁਰਨਾਨਕ ਨੂੰ ਛੋਟੀ ਚੱਕੋਂ ਜੀ ਰਸਕੀਨੇ ਕਹੀ ਪੁਨ ਵਾਕੂ ਤੇ ਕਹਿੰਦੇ ਫੇਰ ਮਾਂ ਨੇ ਫੇਰ ਸਾਧ ਸੰਗਤ ਗੁੱਸੇ ਵਿੱਚ ਆ ਗਏ ਮਾਤਾ ਜੀ ਪਹਿਲਾਂ ਵੀ ਗੁੱਸੇ 'ਚ ਸਨ ਫਿਰ ਹੁਣ ਗੁੱਸੇ ਵਿੱਚ ਕੁਝ ਬਚਨ ਕੀਤੇ ਨੇ ਕਰੋ ਸਰਵਣ ਜੀ ਰਸ ਕੀਨੇ ਕਹੇ ਪੁੰਨ ਵਾਕੂ ਤੇ ਫਿਰ ਗੁੱਸੇ ਵਿੱਚ ਬਚਨ ਕਰ ਦਿੱਤੇ ਨੇ ਜੀ ਬਹੁ ਔਗਣ ਕੀਨੇ ਇਨ ਪ੍ਰਾਕੂ ਕਹਿੰਦੇ ਇਹਨਾਂ ਨੇ ਪਹਿਲਾਂ ਬਹੁਤ ਔਗਣ ਕੀਤੇ ਨੇ ਮਾਤਾ ਤ੍ਰਿਪਤਾ ਜੀ ਦੱਸਦੇ ਨੇ ਜੀ ਦੇ ਸਦਨ ਤੇ ਵਸਤ ਜੋ ਹੋਏ ਰਹੇ ਕਹਿੰਦੇ ਜਿਹੜੀ ਚੀਜ਼ ਦੇਖ ਲੈਂਦੇ ਹੀਰੇ ਭਾਵ ਦੇਖ ਲੈਂਦੇ ਨੇ ਉਹੀ ਚੀਜ਼ ਨੂੰ ਚੱਕ ਲੈਂਦੇ ਨੇ ਤੇ ਚਾਕੇ ਬਾਹਰ ਧਿਆਉਨੇ ਹੁਣ ਸਾਰਾ ਦੱਸਣਗੇ ਜੀ ਬਹਰ ਨਾ ਅਨਹ ਬਾਹਰ ਗੇ ਰਹੇ ਬਸ ਮੁੜ ਕੇ ਲੈ ਕੇ ਨਹੀਂ ਆਉਂਦੇ ਤੇ ਬਾਹਰ ਹੀ ਸਟੇ ਆਉਂਦੇ ਜੀ ਨਥੁਰ ਨਿਡਰ ਸੋ ਠੀਠ ਇਸ ਜੈਸਾ ਦਾਸ ਨੂੰ ਮਾਫ ਕਰਦੇ ਹੋ ਸਾਧ ਸੰਗਤ ਜਿਵੇਂ ਲਿਖਿਆ ਉਹਦੇ ਅਰਥ ਕਰਨੇ ਪੈਣੇ ਕਹਿ ਨਹੀਂ ਸਕਦਾ ਕਿਉਂਕਿ ਕਈ ਵਾਰ ਕਈ ਪੰਕਤੀਆਂ ਸ਼ਬਦ ਹੁੰਦੇ ਜਿਹਦੇ ਅਰਥ ਕਰਦੇ ਵੀ ਪੈ ਆਉਂਦਾ ਤੇ ਕੀ ਕਹਾ ਮਾਤਾ ਨੇ ਵੀ ਬਹੁ ਨਿਡਰ ਨੇ ਡਰਦੇ ਨਹੀਂ ਇਹ ਬਹੁ ਢੀਠ ਨੇ ਕਰੀ ਫੇਰ ਪੜੋ ਜੀ ਮਿੱਠੁਰ ਨੀਡਰ ਸੋ ਢੀਠੀ ਸਜੈ ਸਾ ਹਾਂ ਇਹ ਬਹੁ ਕਠੋਰ ਨੇ ਮੰਨਦੇ ਨਹੀਂ ਪਹਿਲਾਂ ਵੀ ਦੇਖਦੀਆਂ ਹਰ ਰੋਜ਼ ਕਿਸੇ ਨੂੰ ਕਿਸੇ ਨੂੰ ਕੋਈ ਘਰ ਵਿੱਚੋਂ ਸਮਾਨ ਦੇ ਆਉਂਦੇ ਸਿਟਿਉਂਦੇ ਜੀ ਅਬਲਾ ਹੋ ਨਾਨਹਾਰੋ ਐਸਾ ਮੈਂ ਹੁਣ ਨਹੀਂ ਦੇਖਣਾ ਚਾਹੁੰਦੀ ਜੇ ਅੱਗੇ ਤੋਂ ਇਹ ਐਂ ਕਰੂਗਾ ਜੀ ਪੂਰਬ ਇਨ ਬਹੁ ਵਸਤ ਗਵਾਈ ਪਹਿਲਾਂ ਇਹਨਾਂ ਨੇ ਬਹੁਤ ਘਰ ਵਿੱਚੋਂ ਚੀਜ਼ਾਂ ਗਵਾ ਦਿੱਤੀਆਂ ਜੀ ਹਾਂ ਕਹਿ ਰਹੀ ਸਮਝ ਨਹੀਂ ਆਈ ਕਹਿੰਨ ਮੈਂ ਬਹੁਤ ਵਾਰ ਕਿਹਾ ਤੇ ਉਹਨੂੰ ਸਮਝ ਨਹੀਂ ਆਉਂਦੀ ਜੀ ਸ਼ਾਸਨ ਯੋਗ ਅਬ ਹੈ ਤੁਝ ਛੋਰਾ ਸ਼ਾਸਨ ਯੋਗ ਭਾਵ ਕਹਿੰਦਾ ਤਾੜਨਾ ਯੋਗ ਕਹਿੰਦਾ ਹੁਣ ਨਹੀਂ ਮੈਂ ਛੱਡਣਾ ਜੀ ਐਸਾ ਕਾਜ ਨਾ ਕਰ ਪੁਨ ਔਰਾ ਕਹਿੰਦੇ ਹੁਣ ਦੱਸ ਦੇ ਅੱਗੇ ਤੋਂ ਇਹੇ ਜਿਹੇ ਕੰਮ ਕਰੇਂਗੇ ਕਿ ਨਹੀਂ ਕਰੇਂਗੇ ਮਾਰੇ ਆਣੀ ਵੀ ਪਾਲੀ ਤੇ ਸਾਥ ਸੰਗਤ ਅਸੀਂ ਕੁਛ ਵੀ ਨਹੀਂ ਅਸੀਂ ਕੁਛ ਵੀ ਤੇ ਆਪਦੇ ਮਾਪਿਆਂ ਨਾਲ ਕਿਵੇਂ ਲੜ ਪਏ ਨੇ ਮਾਪਿਆਂ ਤੋਂ ਥੋੜਾ ਜਿਹਾ ਕੁਛ ਕਹਿਣ ਤੇ ਅਸੀਂ ਦੇਖ ਲਓ ਕਿਵੇਂ ਐ ਮਿੰਟ 'ਚ ਬੋਲਣ ਲੱਗ ਜੰਦੇ ਨਾ ਸਾਡੇ 'ਚ ਪਿਆਰ ਤੇ ਨਿਮਰਤਾ ਸਾਡੇ 'ਚ ਰਹਿੰਦੀ ਨਹੀਂ ਉਦੋਂ ਖੁਦ ਆਪ ਅਕਾਲ ਪੁਰਖ ਜੀ ਨੇ ਖੁਦ ਆਪ ਰੱਬ ਨੇ ਮਾਤਾ ਕਿੰਨੀਆਂ ਝਟਕਾਂ ਛੋਟੀ ਜੱਕੀ ਐ ਬਸ ਐਵੇਂ ਖੜਗੇ ਬਸ ਬੋਲੇ ਹੀ ਨਹੀਂ ਆ ਸਾਡੇ ਨਿਕਨ ਨਿਕੇ ਜਾ ਮਾੜਾ ਕੁਝ ਕਹਿ ਕੇ ਦੋ ਆ ਆਕੜਿਆਂ ਨੂੰ ਉੱਥੇ ਲੰਮੀ ਪੈਣਗੇ ਥੱਲੇ ਬਸ ਤੇ ਤੁਸੀਂ ਕੌਣ ਹੋਣੇ ਸਾਨੂੰ ਕਹਿਣ ਵਾਲੇ ਤੇ ਸਾਧ ਸੰਗਤ ਇੱਧਰ ਵੀ ਦੇਖੋ ਕਿੰਨਾ ਉਹ ਪ੍ਰੇਮ ਕਿੰਨਾ ਸਤਕਾਰ ਆ ਮਾਪਿਓ ਦਾ ਤੇ ਕਿੰਨੀ ਉਹ ਨਿਮਰਤਾ ਕਰੀ ਫੇਰ ਕਰੋ ਸਰਬਣ ਫੇਰ ਕਰੀਏ ਸਮਾਪਤੀ ਜੀ 사ਸਨ ਜੋਗ ਬਹਿ ਤੁਝ ਛੋਰਾ ਕਹਿੰਦੇ ਇਹ ਤਾੜਨਾ ਯੋਗ ਨੇ ਪਰ ਹੁਣ ਤੈਨੂੰ ਮੈਂ ਛੱਡ ਦਿੱਤਾ ਇੱਕ ਵਾਰ ਜੀ ਐਸਾ ਕਾਜ ਨਾ ਕਰ ਪੁਨ ਔਰਾ ਹੁਣ ਇੱਕ ਵਾਰ ਦੁਬਾਰਾ ਇਹ ਜਿਆ ਕਾਰਜ ਨਾ ਕੰਮ ਕਰੀਂ ਕਿ ਘਰ ਵਿੱਚੋਂ ਕੋਈ ਚੱਕ ਕੇ ਸਮਾਨ ਤੇ ਬਾਹਰ ਸਿੱਟਿਆ ਗਹਿਣੇ ਤੇ ਆਦਿਕ ਹੋਰ ਜੀ ਜਨਨੀ ਯੋਂ ਸਮਝਾਏ ਕ ਜਦੋਂ ਮਾਤਾ ਨੇ ਬਹੁਤ ਪ੍ਰੇਮ ਨਾਲ ਸਮਝਾਇਆ ਜੀ ਜਦੋਂ ਜੀ ਔਰ ਪਰ ਆਇਓ ਨੇਹੋ ਪੌਂਦੀ ਉੱਥੇ ਪ੍ਰੇਮ ਸ਼ਬਦ ਨਹੀਂ ਸੀ ਮੋਖ ਵੇ ਤਾਂ ਨਿਕਲ ਰਿਹਾ ਕਿ ਦੱਸ ਤੋ ਕਿਆ ਨਹੀਂ ਜਾ ਰਹਿਆ ਔਖ ਆਪਾਂ ਨਹੀਂ ਕਹਿ ਸਕਦੇ ਮਾਰਨ ਨੂੰ ਐ ਤਾੜਨ ਆਪਾਂ ਇਹ ਕਹਿਣਾ ਵੀ ਪ੍ਰੇਮ ਦੇ ਵਿੱਚ ਇੱਕ ਵਾਰੀ ਫੇਰ ਪੜੋ ਤੇ ਅੱਗੇ ਚੱਲੋ ਜੀ ਜਨਨੀ ਜੋ ਸਮਝਾਏ ਤੈ ਔਰ ਪਰ ਆਇਓ ਨੇਹੋ ਕਹਿੰਦੇ ਜਦੋਂ ਸਮਝਾਉਂਦੇ ਸੀ ਨਾ ਔਰ ਪਰ ਆਇਓ ਨੇਹੋ ਬਸ ਹਿਰਦੇ ਵਿੱਚ ਉਹਦੀ ਮੋਹ ਜਾਗ ਪਿਆ ਪ੍ਰੇਮ ਜਾਗ ਪਿਆ ਜੀ ਕਰ ਗਹਿ ਅੰਕ ਬਿਠਾਇਓ ਬਸ ਫੜ ਕੇ ਉਹਦੀ ਗੋਦੀ ਵਿੱਚ ਬਿਠਾ ਲਿਆ ਜੀ ਨਿਜ ਸੁਤ ਕਰਨਾਗੇ ਹੋ ਬਸ ਉਹਦੀ ਬਸ ਪਿਆਰ ਕਰਨ ਲੱਗੇ ਜਦੋਂ ਗਹਿ ਕੇ ਆਦੇ ਗੋਦੀ 'ਚ ਬਿਠਾਇਆ ਛਾਤੀ ਨਾਲ ਲਾ ਲਿਆ ਉਹਦੀ ਚੁੰਮਣ ਪਿਆਰ ਕਰਨ ਲੱਗੇ ਜੀ ਬਾਛਤ ਇਛਨ ਸੁਚਾਨਨ ਛੱਬ ਨਾਲੇ ਅੱਖਾਂ ਪੁੰਝਣ ਲੱਗ ਗਿਆ ਉਹਨਾਂ ਦੀਆਂ ਪੁੰਝੀਆਂ ਨਾਲੇ ਆਪਣੀਆਂ ਪੁੰਝੀ ਜਾਂਦੇ ਮਾਂ ਦਾ ਮਨ ਇੰਨਾ ਕੀ ਹੁੰਦਾ ਸਾਹਸੰਗ ਐਵੇਂ ਮਾੜੇ ਜਿਹੇ ਗੁੱਸੇ ਕਸੇ ਹੋ ਲੈਂਦੀਆਂ ਉਹ ਬੱਚਾ ਦਾ ਹਲੇ ਘਟ ਰੋਂਦਾ ਮਾਂ ਜ਼ਿਆਦਾ ਰੋਂਦੀ ਬਹੁਤ ਉੱਪਰ ਦੀ ਹੋ ਜਾਂਦਾ ਤਾਂ ਕਿਤੇ ਮਾਂ ਕੁਛ ਕਹਿੰਦੀ ਆ ਸਾਹ ਸੰਗਤ ਕਿਤੇ ਵੀ ਜੀਵਨ ਵਿੱਚ ਕਿਤੇ ਵੀ ਆਪਦੇ ਮਾਪਿਓ ਮੂਰੇ ਕੋਈ ਸ਼ਬਦ ਨਹੀਂ ਬੋਲਣਾ ਸਾਰਾ ਜੀਵਨ ਇਹਨਾਂ ਦੀ ਅਸੀਸਾਂ ਲੈਂਦੇ ਰਹਿਣਾ ਤਾਂ ਪਾਗਲੀ ਮੰਜ਼ਲ ਤੱਕ ਪਹੁੰਚ ਸਕਦੇ ਜੇ ਇਹਨਾਂ ਮੂਰੇ ਕਿਤੇ ਬੋਲ ਪਏ ਤੇ ਜਿੰਨੇ ਮਰਜ਼ੀ ਬਾਣੀ ਪਾਠ ਸਿਮਰ ਅਭਿਆਸ ਕਰ ਲਿਓ ਗੁਰੂ ਘਰ ਸੇਵਾ ਕਰ ਲਿਓ ਦਾਨ ਕਰ ਲਿਓ ਖੁਸ਼ੀ ਨਿਰਣੀ ਹਾਂ ਜੀ ਛਕੀ ਮੋਹ ਮੈਂ ਪਿਖ ਜਨਨੀ ਤਬ ਕਹਿੰਦੇ ਜਦੋਂ ਦੇਖਿਆ ਤੇ ਕਹਿੰਦੇ ਕੀ ਦੇਖਿਆ ਫਿਰ ਮੋਹ ਵਿੱਚ ਆ ਗਈ ਮਾਂ ਹਾਂ ਜੀ ਪਛਤਾਪ ਕਰਤ ਚਿਤ ਮਾਹੀ ਹੁਣ ਮਨ ਚ ਪਛਤਾਉਂਦੀ ਆ ਮੈਂ ਕਿਉਂ ਛੋਟੀ ਚੱਕਣੀ ਸੀ ਇਹਨਾਂ ਨੂੰ ਕਿਉਂ ਗੁੱਸੇ ਹੋਣਾ ਸੀਗਾ ਜੀ ਹਮਰੇ ਸਦਨ ਇੱਕ ਸੁਤਿਆਹੀ ਮਸਾਂ ਦਾ ਸਾਡੇ ਇੱਕ ਸੁੱਖਾਂ ਸੁੱਖਾਂ ਦਾ ਕਿੰਨੀਆਂ ਸੁੱਖਣਾ ਦੀ ਬਾਤ ਇੱਕ ਪੁੱਤਰ ਹੋਇਆ ਜੀ ਬਾਲ ਬੈਸੇ ਆਪਨ ਪਰ ਕੋ ਕਹਿੰਦੇ ਕੋਈ ਗੱਲ ਨਹੀਂ ਹੁਣ ਛੋਟੀਆਂ ਮਹਾਰਾ ਜਦੋਂ ਵੱਡੇ ਹੋਣਗੇ ਤਾਂ ਕਈ ਗੱਲਾਂ ਸਮਝ ਜਾਣਗੇ ਜੀ ਹਨ ਲਾਭ ਨੇ ਜਨ ਹੈ ਘਰ ਕੋ ਕਹਿੰਦੇ ਜਿਨ੍ਹਾਂ ਨੂੰ ਕੋਈ ਲਾਭ ਤੇ ਨੁਕਸਾਨ ਦਾ ਪਤਾ ਹੀ ਨਹੀਂ ਕਰਦਾ ਜੀ ਵੱਡੋ ਹੋਏ ਸਮਝ ਹੈ ਸਭ ਰੀਤੀ ਜਦੋਂ ਵੱਡੇ ਹੋਣਗੇ ਤੇ ਸਾਰੀਆਂ ਗੱਲਾਂ ਸਮਝ ਜਾਣਗੇ ਜੀ ਅਬ ਡਰ ਪਾਵਨ ਕੀ ਨਹਿ ਨੀਤੀ ਕਹਿੰਦੇ ਹੁਣ ਕੋਈ ਗੱਲ ਨਹੀਂ ਹੁਣ ਡਰ ਪਾਉਣ ਦੀ ਲੋੜ ਨਹੀਂ ਨਾ ਇਹਨਾਂ ਕੱਲੇ ਡਰਾਉਣ ਦੀ ਲੋੜ ਆ ਵੱਡੇ ਹੋਣਗੇ ਤੇ ਸਮਝ ਜਾਣਗੇ ਪੜੋ ਅਖੀਰਲੀ ਪੰਕਤੀਆਂ ਤੇ ਫਿਰ ਬੁਲਾਈਏ ਫਤਿਹ ਜੀ ਹੋਰ ਵਿਚਾਰ ਕਰ ਇਹ ਬਿੱਧ ਮਾਤਾ ਆਹ ਕਰਕੇ ਮਾਤਾ ਨੇ ਹਿਰਦੇ ਵਿੱਚ ਵਿਚਾਰ ਕੀਤੀ ਜੀ ਤਜਿਓ ਅੰਕ ਤੇ ਹਿਤ ਕਰ ਤਾਤਾ ਆਹ ਕਰਕੇ ਪੜ ਗਏ ਉੱਤੇ ਫਿਰ ਆਪਣਾ ਗੁਰਨਾਨ ਪਾਸ਼ਾ ਨੂੰ ਬਿਠਾਉਣਾ ਛੱਡਣਾ ਕੀਤਾ ਜੀ ਖੇ ਲਨ ਲੱਗੇ ਬਾਲਤ ਨਮਾਹੀ ਬਸ ਉਹ ਨਹੀਂ ਲੱਗੇ ਫਿਰ ਮਹਾਰਾਜ ਉਹਦੀ ਭੁੱਲ ਗਏ ਜਾ ਕੇ ਫੇਰ ਖੇਲਣ ਲੱਗੇ ਜੀ ਜੇ ਕੇ ਦਰਸ਼ਨ ਦੋਖ ਨਸਾਹੀ ਕਹਿੰਦੇ ਜਿਨ੍ਹਾਂ ਦੇ ਦਰਸ਼ਨਾ ਨਾ ਕੀਤੇ ਸਾਰੇ ਜੀਵਨ ਦੇ ਦੁੱਖ ਪਾਪ ਲੱਗੇ ਦੋਸ਼ ਦੂਰ ਹੋ ਜਾਂਦੇ ਨੇ ਇੱਥੇ ਆਪਾਂ ਵਿਚਾਰ ਸੰਕੋਚ ਲਿਗੇ ਜੀ ਅਗਲੀ ਜਿਹੜੀ ਵਿਚਾਰ ਆ ਫੇਰ ਜਦੋਂ ਪਿਤਾ ਮਹਤਾ ਕਾਲੂ ਜੀ ਨੇ ਆਉਣਾ ਪਤਾ ਲੱਗਣਾ ਤੇ ਕਹਿੰਦੇ ਅੱਛਾ ਇਹਨਾਂ ਨੁਕਸਾਨ ਕਰੀ ਜਾਂਦੇ ਤੇ ਫੇਰ ਕਹਿੰਦੇ ਪੁੱਛਦੇ ਆ ਪੰਡਤ ਨੂੰ ਜਾ ਕੇ ਉਹ ਜਦੋਂ ਲੱਗਦਾ ਸੀ ਪਤਰੀ ਉਹ ਤਾਂ ਕਹਿੰਦੇ ਸੀ ਇਹ ਤਾਂ ਵੀ ਓ ਬਹੁਤ ਇਹਨਾਂ ਕੋਲ ਮਾਇਆ ਹੋਊਗੀ ਇਹਨਾਂ ਕੋਲੇ ਆਏ ਹੋਣਾ ਇਹ ਤਾਂ ਬਹੁਤ ਇਹਨਾਂ ਨੌ ਹੁਣ ਅਤਿਆਦਿਕ ਤੇ ਹੁਣ ਫਿਰ ਅੱਗੇ ਜਾਣਗੇ ਉਹਨਾਂ ਗੁੱਸੇ ਹੋਣ ਵਾਸਤੇ ਪਿਤਾ ਜੀ ਫਿਰ ਉੱਥੇ ਜਾ ਕੇ ਕੀ ਕੀ ਜਵਾਬ ਸਵਾਲ ਹੁੰਦੇ ਉਹ ਵੀ ਬਹੁਤ ਬਾਖ ਕਮਾਲ ਨੇ ਮਹਾਰਾਜ ਦੀ ਕਿਰਪਾ ਨਾਲ ਉਹਦੀ ਵਿਚਾਰ ਫਿਰ ਆਉਂਦੇ ਐਤਵਾਰ ਨੂੰ ਫਿਰ ਬਾਕੀ ਰਹਿਦੀ ਜਿਹੜੀ ਪਿਛਲਾ प्रकरण ਚੱਲਦਾ ਉਹਦੀ ਸ਼ੁੱਕਰਵਾਰ ਨੂੰ ਵਿਚਾਰ ਤੇ ਫਿਰ ਇਸੇ ਪ੍ਰਕਰਨ ਦੀ ਅਗਲੀ ਵਿਚਾਰ ਐਤਵਾਰ ਨੂੰ ਤੇ ਸੋਮਵਾਰ ਹਨ ਰਾਤ ਦੀ ਸੋਮਵਾਰ ਆਉਂਦੇ ਸੋਮਵਾਰ ਰਾਤ ਦੀ ਇਸੇ ਸਥਾਨ ਤੇ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਰੈਣ ਸਵਾਈ ਹੋਊਗੀ ਜਿਹਦੇ ਵਿੱਚ ਸਵੇਰੇ ਅਮਰਤ ਵੇਲੇ ਤਕਰੀਬਨ ਕੋਈ 12:30 ਤੋਂ ਲੈ ਕੇ 2:30 ਦਾ ਇਹਦੇ ਵਿਚਾਲੇ ਮਹਾਰਾਜ ਦਾ ਸਮਾਸੀ ਜਦੋਂ ਗੁਰਨਾਨ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀਗਾ। ਸੋਮਵਾਰ ਫਿਰ ਰਾਤ ਨੂੰ ਮਹਾਰਾਜ ਦੀ ਕਿਰਪਾ ਨਾਲ ਰੈਣ ਸੋਇ ਆਪਾਂ ਕੀਰਤਨ ਕਰਾਂਗੇ ਸਿਮਰਨ ਤੇ ਮਹਾਰੇ ਆਪਦੀਆਂ ਕੁਝ ਵਡਿਆਈਆਂ ਕਰਵਾਉਣਗੇ ਉਹਦੇ ਵਿੱਚ ਕਥਾ ਵਿੱਚ ਹੋਊਗੀ। ਤਾਂ ਬੇਨਤੀ ਸਾਰੀ ਸੰਗਤ ਨਾਲ ਆਹ ਕੱਲ ਤੋਂ ਲੈ ਕੇ ਤਕਰੀਬਨ ਸ਼ੁੱਕਰਵਾਰ ਤੱਕ ਹਰ ਰੋਜ਼ ਸਿਮਰਨ ਤਕਰੀਬਨ 7:30 ਤੋਂ ਲੈ ਕੇ 8:30 ਤੱਕ ਧੰਨ ਗੁਰਨਾਨ ਦੇਵਾਜ ਦੇ ਕੇ ਦਿੰਦੇ ਆ। ਬਹੁਤ ਆਨੰਦ ਰਸ ਬਣਦਾ ਹੈ। ਤਾਂ ਬੇਨਤੀ ਉਹਦੇ ਪ੍ਰਥਾਇਵੀ ਸੰਗਤ ਦੇ ਚਰਨਾਂ ਵਿੱਚ ਜਰੂਰ ਆਪ ਜੀ ਕਿਉਂ 550 ਸਾਲ ਆਪਾਂ ਮਨਾਉਣ ਲੱਗੇ ਆਂ ਪਤਨ 600 ਸਾਲਾਂ ਚ ਆਪਣੇ ਵਿੱਚ ਕੋਣ ਹੋ ਗਏ ਇੱਥੇ ਇਹ ਮਨਾ ਲਈਏ ਬਹੁਤ ਵੱਡਾ ਦਿਹਾੜਾ ਆ ਰਿਹਾ ਹੈ ਆਪ ਮਹਾਰਾਜ ਜੀ ਖੁਸ਼ੀਆਂ ਲਈ ਆਉਂਦੇ ਸਨੇਚਰਵਾਰ ਨੂੰ ਅਖੀਰਲੀ ਫਿਰ ਪ੍ਰਭਾਤ ਫੇਰੀ ਹੋਊਗੀ ਉਹ ਵੀ ਆਪ ਜੀ ਚਰਨਾਂ ਵਿੱਚ ਬੇਨਤੀ ਆਪ ਜੀ ਜਰੂਰ ਉੱਚ ਦਰਸ਼ਨ ਦਿਓ ਵਿਚਾਰ ਕਰਦੇ ਹਾਂ ਤੇ ਦਾਸ ਤੋਂ ਇੱਕ ਨਹੀਂ ਬਿਆੰਤ ਬਿਆੰਤ ਭੁੱਲਾਂ ਗਲਤੀਆਂ ਹੋਈਆਂ ਅਰਥਾਂ ਦੇ ਅਨਰਥ ਹੋ ਗਏ ਕਿਉਂ ਕਈ ਵਾਰ ਈਕੋ ਬਹੁਤ ਵਾਰ ਬੇਨਤੀ ਕੀਤੀ ਵੀ ਮਗਲ ਆਪਾਂ ਉਹਦੇ ਸਪੀਕਰ ਬੰਦ ਕਰ ਦਿਆ ਕਰੋ ਅਗੋਂ ਆਵਾਜ਼ ਆਵੇ ਤਾਂ ਸਮਝ ਆਉਂਦੇ ਕੋਲੇ ਬੈਠੇ ਨੀ ਆਵਾਜ਼ ਕਈ ਵਾਰ ਉਹ ਸਮਝਣ ਵਿੱਚ ਇੱਧਰ ਉੱਧਰ ਹੋਣ ਦੇ ਨਾਲ ਕਈ ਵਾਰ ਵਿਗਨ ਪੈਂਦਾ ਬਹੁਤ ਜ਼ਿਆਦਾ ਤੇ ਜਿਹੜੇ ਅਰਥਾਂ ਦੇ ਅਨਰਥ ਹੋਏ ਆ ਮੂੰਹ ਵਿੱਚ ਕੌੜੇ ਬੋਲ ਨਿਕਲੇ ਦਾਸ ਦੇ ਦਾਸ ਸਾਰੇ ਸੰਗਤ ਦੇ ਚਰਨਾਂ ਦੇ ਭੁੱਲਾਂ ਗਲਤੀਆਂ ਦੀ ਦਾੜਾ ਤੇ ਮੱਥਾ ਲਾ ਕੇ ਸਾਰੇ ਸੰਗਤ ਦੇ ਚਰਨਾਂ ਤੋਂ ਮਾਫੀ ਮੰਗਦਾ ਜੀ ਜਿਹੜੀਆਂ ਚੰਗੀਆਂ ਸਨ ਗੁਰੂ ਸਾਹਿਬ ਦੀ ਜਰੂਰ ਆਪਰੇ ਵਿੱਚ ਜੀਵਨ ਵਿੱਚ ਲਿਆਉਣੀਆਂ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ